ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਸ਼ੋਅ ਅੱਜ ਦਾ ਮੁੱਦਾ ਸਰਗਰਮੀਆਂ ਜਦ ਆਲ ਓਵਰ ਵਰਲਡ ਦੇ ਵਿੱਚ ਜਿੱਥੇ ਕਿੱਥੇ ਵੀ ਵਾਪਰਦੀਆਂ ਹਨ ਤਾਂ ਇਸ ਮੰਚ ਦੇ ਉੱਤੇ ਉਹਨਾਂ ਸਾਰੇ ਮਸਲਿਆਂ ਨੂੰ ਲਿਆਇਆ ਜਾਂਦਾ ਮੈਨੂੰ ਲੱਗਦਾ ਕਿ ਸਮੁੱਚੇ ਵਿਸ਼ਵ ਦੇ ਵਿੱਚ ਭਰਦੇ ਹੋਏ ਪੰਜਾਬੀਆਂ ਦੇ ਲਈ ਅੱਜ ਇੱਕ ਹੀ ਮੁੱਦਾ ਸਭ ਤੋਂ ਜ਼ਿਆਦਾ ਅਹਿਮ ਬਣਿਆ ਹੋਇਆ ਉਹ ਹੈਗਾ ਕਿਸਾਨ ਅਤੇ ਕਿਸਾਨੀ ਦਾ ਪਰ ਕਈ ਸਾਰੀ ਕਿਆਸ ਰਹੀਆਂ ਕਈ ਸਾਰੇ ਟੀ ਵੀ ਡਿਬੇਟਸ ਔਰ ਕਈ ਸਾਰੇ ਤਰਕ ਪ੍ਰਤੀਕਰਮ ਤੁਸੀਂ ਇਸ ਬਿੱਲ ਨੂੰ ਲੈ ਕੇ ਸੁਣ ਚੁੱਕੇ ਹੋ ਜੀ ਪਰ ਜੇਕਰ ਲੀਗਲ ਤੌਰ 'ਤੇ ਵੇਖਿਆ ਜਾਏ ਇਸ ਆਰਡੀਨੈਂਸ ਬਾਰੇ ਆਖਿਰਕਾਰ ਇਸ ਬਿੱਲ ਦੇ ਐਡਵਾਂਟੇਜਸ ਡਿਸਐਡਵਾਂਟੇਜਸ ਕੀ ਹੋਣਗੇ ਉਹ ਅੱਜ ਅਸੀਂ ਜ਼ਰੂਰ ਜਾਣਾਂਗੇ ਮੈਂ ਸਮਾਂ ਜ਼ਿਆਦਾ ਨਾ ਲੈਂਦਾ ਹੋਇਆ ਪਹਿਲਾਂ ਤੁਹਾਨੂੰ ਦਿਖਾ ਦੇਵਾਂ ਤਸਵੀਰਾਂ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਇਹ ਵੀ ਗੱਲ ਦੱਸਦੀ ਹੈ ਕਿ ਹਾਂ ਅਸੀਂ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਜਿਹੜਾ ਨੌ ਮਾਜ਼ਾ ਰਿਸ਼ਤਾ ਹੈ ਉਹ ਵੀ ਟੁੱਟ ਚੁੱਕਿਆ ਹੈ ਲਗਾਤਾਰ ਜਿਹੜੇ ਕਲਾਕਾਰ ਨੇ ਉਹ ਵੀ ਵੱਖ ਵੱਖ ਸਟੇਜਾਂ ਦੇ ਉੱਤੇ ਜਾ ਕੇ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ ਜਾਂ ਫਿਰ ਵੱਖ ਵੱਖ ਪਾਰਟੀਆਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਉਹ ਇਹਦਾ ਵਿਰੋਧ ਕਰ ਰਹੇ ਨੇ ਭਾਜਪਾ ਜਿਹੜੀ ਹੈਗੀ ਹੈ ਉਹਨਾਂ ਦੇ ਜਿਹੜੇ ਆਗੂ ਨੇ ਉਹ ਜਸ਼ਨ ਮਨਾ ਰਹੇ ਨੇ ਕਿਉਂਕਿ ਰਾਸ਼ਟਰਪਤੀ ਨੇ ਜਿਹੜਾ ਬਿੱਲ ਹੈ ਬਕਾਇਦਾ ਸਿਗਨੇਚਰ ਕਰ ਦਿੱਤੇ ਨੇ ਹਸਤਾਖਰ ਹੋ ਚੁੱਕੇ ਨੇ ਸੋ ਇਹ ਸਾਰੀ ਖਬਰਾਂ ਅਸੀਂ ਜਾਣਦੇ ਹਾਂ ਪਰ ਕੀ ਇਹ ਬਿੱਲ ਜਿਹੜਾ ਹੈਗਾ ਵੈਨ ਵੀ ਟਾਕ ਅਬਾਊਟ ਲੀਗਲ ਰਾਈਟਸ ਕਿਸਾਨਾਂ ਦਾ ਹੱਕ ਆਖਿਰਕਾਰ ਕੀ ਹੋਊਗਾ ਕੀ ਉਹ ਬੂਆ ਖੜਕਾ ਸਕਦੇ ਨੇ ਕੋਰਟ ਦਾ ਇਹ ਇੱਕ ਜਾਣਨਾ ਹੋਏਗਾ ਇੱਕ ਨਵੀਂ ਅਪਡੇਟ ਇਹ ਆਈ ਹੈ ਜੀ ਇੱਕ ਨਵੀਂ ਮੂਵਮੈਂਟ ਇਹ ਸ਼ੁਰੂ ਹੋਈ ਹੈ ਜੀ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਹੁਣ ਸੁਪਰੀਮ ਕੋਰਟ ਜਾਏਗੀ ਇਹਨੂੰ ਲੈ ਕੇ ਕਈ ਸਾਰੀ ਪੋਲੀਟਿਕਸ ਵੀ ਹੋ ਰਹੀ ਹੈ ਕਹਿੰਦੇ ਕੁੰਭਕਰਨੀ ਨੀਂਦ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਹੁਣ ਚੇਤੇ ਆਇਆ ਕਿ ਸੁਪਰੀਮ ਕੋਰਟ ਦਾ ਅਸੀਂ ਬੂਆ ਖੜਕਾਈਏ ਪਰ ਕੀ ਸੁਪਰੀਮ ਕੋਰਟ ਦੇ ਵਿੱਚ ਵਾਕਈ ਹੀ ਅਗਰ ਉਹ ਬੂਆ ਖੜਕਾਉਂਦੇ ਹਨ ਤਾਂ ਇਹ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਪ੍ਰੈਜੀਡੈਂਟ ਆਲਰੇਡੀ ਇਹਨੂੰ ਸਾਈਨ ਕਰ ਚੁੱਕੇ ਨੇ ਬਿੱਲ ਪਾਸ ਹੋ ਚੁੱਕਿਆ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਇਲਾਵਾ ਵੱਖ ਵੱਖ ਸਟੇਟਾਂ ਦੇ ਵਿੱਚ ਇਹਦਾ ਵਿਰੋਧ ਹੋ ਰਿਹਾ ਲੇਕਿਨ ਨਿਊਜ਼ ਕਿੱਥੇ ਵੀ ਬਾਹਰ ਨਹੀਂ ਆ ਰਹੀ ਹਰਿਆਣਾ ਅਤੇ ਪੰਜਾਬ ਤੋਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ ਇੰਡੀਆ ਦੀ ਨੈਸ਼ਨਲ ਮੀਡੀਆ ਇਸ ਬਾਰੇ ਨਹੀਂ ਦੱਸ ਰਿਹਾ ਕਿਉਂਕਿ ਤੁਹਾਨੂੰ ਪਤਾ ਕਿ ਇੰਡੀਆ ਦੀ ਜਿਹੜੀ ਨੈਸ਼ਨਲ ਮੀਡੀਆ ਹੈ ਉਹ ਜੇਕਰ ਇਸ ਬਾਰੇ ਖਬਰ ਦੱਸਦੀ ਹੈ ਤਾਂ ਫਿਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਆਪਣੇ ਹੁਕਮਰਾਨਾਂ ਨੂੰ ਉਹ ਜਵਾਬ ਨਹੀਂ ਦੇ ਸਕਦੇ ਜਵਾਬ ਹੁਕਮਰਾਨ ਇਹਨਾਂ ਤੋਂ ਮੰਗਦੇ ਹਨ ਕਿ ਤੁਸੀਂ ਇਹ ਖਬਰ ਕਿਉਂ ਚਲਾਈ ਪਰ ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਨਿਰਪੱਖ ਗੱਲ ਅੱਜ ਇਸ ਮੰਚ ਦੇ ਉੱਤੇ ਕਰੇਗਾ ਔਰ ਦੱਸੇਗਾ ਕਿ ਜਸ ਪੰਜਾਬੀ ਵੀ ਕਿਸਾਨ ਅਤੇ ਕਿਸਾਨੀ ਦੇ ਨਾਲ ਹੈ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਮੰਚ ਦੇ ਉੱਤੇ ਇਸ ਮੁੱਦੇ ਨੂੰ ਲਿਆਉਂਦੇ ਰਹਾਂਗੇ ਔਰ ਜੜ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਔਰ ਸਮਝਾਂਗੇ ਕਿ ਕਿੰਨਾ ਹਾਨੀਕਾਰਕ ਹੈਗਾ ਕੀਟਨਾਸ਼ਕ ਹਾਨੀਕਾਰਕ ਨਹੀਂ ਇਹ ਬਿੱਲ ਕਿੰਨਾ ਹਾਨੀਕਾਰਕ ਹੈ ਕਿਸਾਨ ਦੇ ਲਈ ਅੱਜ ਜਾਣਾਂਗੇ ਇਸ ਮੁੱਦੇ ਦੇ ਤਹਿਤ ਉਸ ਤੋਂ ਪਹਿਲਾਂ ਦਿਖਾ ਦੇਵਾਂ ਕਿ ਕੀ ਕੁਝ ਸਰਗਰਮੀਆਂ ਪੰਜਾਬ ਦੇ ਵਿੱਚ ਵਾਪਰੀਆਂ ਇਸ ਰਿਪੋਰਟ ਦੇ ਤਹਿਤ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਖਟਕੜ ਕਲਾਂ ਦੇ ਵਿੱਚ ਪਹੁੰਚੇ ਜਿੱਥੇ ਕੈਪਟਨ ਨੇ ਖੇਤੀ ਬਿੱਲਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਐਲਾਨ ਕਰ ਦਿੱਤਾ ਇਸ ਨਾਲ ਹੀ ਕੈਪਟਨ ਨੇ ਕੇਂਦਰ ਨੂੰ ਪਾਕਿਸਤਾਨੀ ਏਜੰਸੀ ISI ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ ਕਿਹਾ ਕਿ ਉਹ ਅਜਿਹੇ ਮਾਹੌਲ ਦਾ ਫਾਇਦਾ ਚੁੱਕ ਸਕਦੀ ਹੈ ਉਧਰ ਕੇਂਦਰੀ ਵਜ਼ਾਰਤ ਛੱਡ ਚੁੱਕੀ ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ ਅੱਜ ਬਾਦਲ ਜੋੜੇ ਨੇ ਮੁਕਤਸਰ ਅਤੇ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦੇ ਉੱਤੇ ਤੰਜ ਕੱਸਿਆ ਕੈਪਟਨ ਨੇ ਆਮ ਆਦਮੀ ਪਾਰਟੀ ਨੂੰ ਅਤੇ ਨਾਲ ਹੀ ਕੈਪਟਨ ਅਤੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਤੰਜ ਕੱਸਿਆ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਉਧਰ ਸੰਗਰੂਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਹੱਕ ਵਿੱਚ ਨਿਤਰੇ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਇੱਕਜੁੱਟ ਹੋ ਕੇ ਕੇਂਦਰ ਦੇ ਗੜ ਦੇ ਵਿੱਚ ਦਬਾਅ ਪਾ ਕੇ ਆਪਣੇ ਹੱਕ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਹੈ ਉਧਰ ਪੰਜਾਬੀ ਗਾਇਕ ਵੀ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਹੋਕਾ ਦਿੰਦੇ ਨਜ਼ਰ ਆਏ ਇਹਨਾਂ ਸਭ ਦੇ ਵਿਚਾਲੇ ਕਿਸਾਨ ਆਗੂ ਕਿਸੇ ਸਿਆਸੀ ਦਲ ਦੀ ਹਿਮਾਇਤ ਨਹੀਂ ਚਾਹੁੰਦੇ ਲੁਧਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਬੈਠਕ ਹੋਈ ਹੈ ਸਿਆਸੀ ਆਗੂਆਂ ਨੂੰ ਆਪਣੀਆਂ ਰੈਲੀਆਂ ਵੱਖ ਤੋਂ ਕਰਨ ਦੇ ਲਈ ਕਿਹਾ ਗਿਆ ਹੈ ਅਤੇ ਵੀ ਕਿਹਾ ਗਿਆ ਕਿ ਹੋ ਸਕੇ ਤਾਂ ਉਹ ਇਹਨਾਂ ਰੈਲੀਆਂ ਦਾ ਬਾਈਕਾਟ ਕਰਨ ਅਤੇ ਨਾਲ ਦੀ ਨਾਲ ਕਿਸਾਨਾਂ ਦੀਆਂ ਸਟੇਜਾਂ ਦੇ ਉੱਤੇ ਕਿਸੇ ਵੀ ਸਿਆਸੀ ਆਗੂ ਨੂੰ ਨਾ ਆਉਣ ਦੇਣ ਦਾ ਵੀ ਫੈਸਲਾ ਕੀਤਾ ਸੋ ਵੱਖ ਵੱਖ ਰਾਜਨੀਤੀ ਇਸ ਮੁੱਦੇ ਨੂੰ ਲੈ ਕੇ ਹੋਵੇਗੀ ਰਾਜਨੀਤਿਕ ਪਾਰਟੀਆਂ ਸਿਆਸੀ ਰੋਟੀਆਂ ਵੀ ਸੇਕੇਗੀ ਤੁਸੀਂ ਵੇਖਿਆ ਕਿ ਵੱਖ ਵੱਖ ਪਾਰਟੀਆਂ ਜਿਹੜੀਆਂ ਹੈਗੀਆਂ ਇਸ ਬਿੱਲ ਨੂੰ ਲੈ ਕੇ ਵਿਰੋਧ ਵੀ ਕਰ ਰਹੀਆਂ ਹਨ ਪਰ ਇੱਕ ਗੱਲ ਜ਼ਰੂਰ ਮੰਨਣੀ ਪਏਗੀ ਪੰਜਾਬ ਦੇ ਵਿੱਚ ਵੱਖ ਵੱਖ ਪਾਰਟੀਆਂ ਉਹਨਾਂ ਦਾ ਜਿਹੜਾ ਇਲੈਕਸ਼ਨ ਲੜਨ ਦਾ ਸਟਾਈਲ ਹੈਗਾ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੇ ਉਹ ਐਲਾਨ ਕਰਦੇ ਹਨ ਉਹ ਵੱਖ ਹੋ ਸਕਦੇ ਹਨ ਪਰ ਇਸ ਮੁੱਦੇ 'ਤੇ
हर पार्टी जिहड़ी है एकमत बनाउंदी हुई नज़र आ रही है। पर मैं दर्शकों नूं इह वी दस दवां या एकमत अगर आ पहला बनाउंदे तां इह बिल पास नहीं हुंदा। मैं अज भी इस गल नूं कह रहा कि है हुण जाके एकमत होए हन क्योंकि हुण इह सियासी रोटियां सेकना चाहुंदे हन। वख वख कलाकार भी एक मंच के उत्ते स्टेज सांझियां कर रहे हैं, पर जेकर समय सिर रहिंदे इह पहला एकमत हो जाते या एकजुट हो जाते तां अज इह दिन नहीं वेखने पैंदे। नवजोत सिंह सिद्धू जिन्हां तों पूरे पंजाब नूं NRI-ਆਂ ਨੂੰ ਬਹੁਤ ਜ਼ਿਆਦਾ ਭਰੋਸਾ ਹੈ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕੀ ਕਿਹਾ ਜਦੋਂ ਉਹਨਾਂ ਨੇ ਰੈਲੀ ਦੇ ਵਿੱਚ ਸੰਬੋਧਨ ਕੀਤਾ। ਅਤੇ ਹੋਰ ਵੀ ਵੱਖ ਵੱਖ ਕਲਾਕਾਰ ਜਿਹੜੇ ਨੇ ਉਹਨਾਂ ਵਿੱਚੋਂ ਇੱਕ ਐਮੀ ਵਿਰਕ ਵੀ ਜਿਹੜੇ ਨੇ ਉਹ ਵੀ ਕਿਸਾਨਾਂ ਦੇ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੇ, ਕੀ ਕੁਝ ਕਹਿਣ ਦੇ ਉਹ ਨਜ਼ਰ ਆਏ ਉਹਨਾਂ ਨੂੰ ਇੱਕ ਵਾਰੀ ਸੁਣ ਲੈਂਦੇ ਹਾਂ। ਲੇਬਰ ਕਰਦਾ ਕਿਸਾਨ ਉੱਥੇ ਜਿਹੜੀਆਂ ਥਾਵਾਂ ਦੇ ਉੱਤੇ ਮੰਡੀਆਂ ਹੈ ਨਹੀਂ, ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਇੰਡਸਟਰੀ ਆਈ, ਉੱਥੇ ਚਾਂਸ ਸੀ ਥੋੜ੍ਹਾ ਬਹੁਤਾ ਰੁਜ਼ਗਾਰ ਮਿਲਣ ਦਾ, ਲੇਕਿਨ ਇੱਥੇ ਸਾਰਾ ਕੁਛ ਖੋ ਲੈਣਗੇ ਔਰ ਇੱਕ ਕਿਸਾਨ ਨੂੰ ਲੇਬਰਰ ਬਣਾ ਦੇਣਗੇ, ਇੱਕ ਕਿਸਾਨ ਨੂੰ ਲੇਬਰ ਬਣਾ ਦੇਣਗੇ। ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਮੰਡੀਆਂ ਇਹਨਾਂ ਨੇ ਖਤਮ ਕਰਤੀਆਂ, ਆਪਣਾ ਅਸਤਿਤਵ ਖਤਮ ਹੋਜੂ, ਆਪਣਾ ਵਜੂਦ ਖਤਮ ਹੋਜੂ। ਔਰ ਤੁਸੀਂ ਇਹ ਵੀ ਯਾਦ ਰੱਖਿਓ ਕਿ ਜੇ ਤੁਹਾਡਾ ਰੌਲਾ ਪੈ ਗਿਆ ਵੱਡੇ ਪੂੰਜੀਪਤੀ ਨਾਲ, ਛੋਟਾ ਕਿਸਾਨ ਹੈ ਉਹਦੇ ਕੋਲ ਕਿਹੜੇ ਵਕੀਲ ਨੇ, ਜਦੋਂ ਕੰਟਰੈਕਟ ਸਾਈਨ ਹੋਊ ਉਹਨੂੰ ਕੀ ਪਤਾ ਵੀ ਕਿਹੜੀ ਕੁੰਡੀ ਕਿੱਥੇ ਪਈ ਹੈ। ਤੁਸੀਂ ਕਿਤੇ ਵੀ ਕਿਸੇ ਕੋਰਟ ਦੇ ਵਿੱਚ ਤੁਸੀਂ ਫਰਿਆਦ ਨਹੀਂ ਕਰ ਸਕੋਗੇ। ਆਪਾਂ ਨੂੰ ਇਹ ਲੱਗਦਾ ਵੀ ਉੱਥੇ ਆਪਣੀ ਪੰਜਾਬ ਦੀ ਜਿਹੜੀ ਲੇਬਰ ਲੱਗੂਗੀ 10,000 ਬੰਦਾ ਲੱਗੂਗਾ, 15,000 ਬੰਦਾ ਲੱਗੂਗਾ, ਜਿਹੜਾ ਉੱਥੇ 40,000 ਬੋਰੀ ਚੱਕੂਗਾ 40,00,000 ਬੋਰੀ ਚੱਕੂਗਾ। ਪਰ ਉੱਥੇ ਨਾ ਕੱਲ੍ਹ ਗਏ ਤਾਂ ਪਤਾ ਕੀਤਾ, ਉਹ ਕਹਿੰਦੇ ਉੱਥੇ ਬੰਦੇ ਉਹਨਾਂ ਨੇ 10 ਰੱਖੇ ਆ, ਬਾਕੀ ਜਿਹੜਾ ਸਾਰਾ ਮਤਲਬ ਉਹ ਮਸ਼ੀਨੀ ਹੈ। ਹਰੇਕ ਪਾਸਿਓਂ ਜਿਹੜੀ ਮਾਰ ਹੈ, ਹਰੇਕ ਪਾਸਿਓਂ ਮਾਰ ਹੈ, ਲੇਬਰ ਵੱਲੋਂ ਲਾਲੋ, ਕਿਸਾਨੀ ਹਰੇਕ ਵਰਗ ਨਾਲ ਇਹ ਸੰਬੰਧਿਤ ਹੈ, ਇਹਦਾ ਕੋਈ ਨਹੀਂ ਵਰਗ। ਸੋ ਨਵਜੋਤ ਸਿੰਘ ਸਿੱਧੂ ਐਮੀ ਵਿਰਕ ਨੂੰ ਤੁਸੀਂ ਇਸ ਮੁੱਦੇ ਦੇ ਤਹਿਤ ਬੋਲਦੇ ਹੋਏ ਵੇਖਿਆ, ਪਰ ਮਸਲਾ ਇਸ ਗੱਲ ਦਾ ਬਣਦਾ, ਸਵਾਲ ਹੈ ਬਣਦੇ ਹਨ ਸਰਕਾਰ ਨੂੰ ਕਿ ਸਵਾਮੀਨਾਥਨ ਰਿਪੋਰਟ ਨੂੰ ਕੰਸਿਡਰ ਕੀਤਾ ਗਿਆ ਜਦ ਇਸ ਆਰਡੀਨੈਂਸ ਨੂੰ ਇਸ ਬਿੱਲ ਨੂੰ ਪਾਸ ਕੀਤਾ ਗਿਆ। ਵੱਖ ਵੱਖ ਬੁੱਧੀਜੀਵੀਆਂ ਨੇ, ਕਈ ਸਾਰੀਆਂ ਹੋਰ ਵੀ ਜਿਹੜੇ ਐਗਰੀਕਲਚਰਿਸਟ ਨੇ, ਉਹਨਾਂ ਨੇ ਕਈ ਸਾਰੀ ਗੱਲਾਂ ਹੋਰ ਵੀ ਲਿਖੀਆਂ ਸੀਗੀਆਂ ਜਿਹਦੇ ਵਿੱਚ ਉਹਨਾਂ ਨੇ ਸਾਡੀ ਖੇਤੀ, ਸਾਡਾ ਸੂਬਾ, ਸਾਡੀ ਜ਼ਮੀਨ, ਸਾਡਾ ਕਿਸਾਨ ਵਰਗੇ ਵੱਖ ਵੱਖ ਜਿਹੜੇ ਮੋਰਚੇ ਸੀਗੇ ਉਹ ਵੀ ਲਾਏ ਗਏ। ਪਰ ਲੇਕਿਨ ਇਹਨਾਂ ਬੁੱਧੀਜੀਵੀਆਂ ਨੇ ਕਿਹਾ ਕਿ ਜੇਕਰ ਸਵਾਮੀਨਾਥਨ ਰਿਪੋਰਟ ਨੂੰ ਕੰਸਿਡਰ ਕੀਤਾ ਜਾਂਦਾ ਤਾਂ ਸ਼ਾਇਦ ਇਹ ਦਿਨ ਨਹੀਂ ਵੇਖਣੇ ਪੈਂਦੇ। ਅਗਰ ਸਵਾਮੀਨਾਥਨ ਰਿਪੋਰਟ ਨੂੰ ਇਹਦੇ ਵਿੱਚ ਕੰਸਿਡਰ ਕੀਤਾ ਗਿਆ ਤਾਂ ਕਿਹੜੇ ਕਿਹੜੇ ਪਾਠ ਜਿਹੜੇ ਨੇ ਉਹ ਲਿਆਂਦੇ ਗਏ ਹਨ ਜਾਂ ਫਿਰ ਕੁਝ ਵੀ ਨਹੀਂ ਲਿਆਂਦਾ ਗਿਆ। ਇੱਕ ਤਾਂ ਅੱਜ ਮੁੱਦਾ ਇਹ ਬਣਦਾ ਸਾਡਾ, ਦੂਜਾ ਮੁੱਦਾ ਸਾਡਾ ਇਹ ਬਣਦਾ ਕਿ ਲਗਾਤਾਰ ਪੰਜਾਬ ਨੂੰ ਜਾਂ ਫਿਰ ਹੋਰ ਜਿਹੜੇ ਵੱਖ ਵੱਖ ਸੂਬੇ ਹਨ ਜੋ ਕਿ ਇਸ ਵਿਚਾਰਧਾਰਾ ਨੂੰ ਨਹੀਂ ਮੰਨਦੇ। BJP ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਵਿਚਾਰਧਾਰਾ ਸਾਰਿਆਂ ਨੂੰ ਪਤਾ ਕੀ ਹੈਗੀ ਹੈ, ਮੈਂ ਨਹੀਂ ਦੁਹਰਾਉਣਾ ਚਾਹਾਂਗਾ, ਪਰ ਸਾਰੇ ਹੀ ਜਾਣਦੇ ਹਾਂ ਕਿ ਉਹਨਾਂ ਦੀ ਸੋਚ ਕੀ ਹੈਗੀ ਹੈ। ਘੱਟ ਗਿਣਤੀਆਂ ਨੂੰ ਕਾਬੂ ਕਰਨ ਦੇ ਲਈ ਪੰਜਾਬ ਦੇ ਕੋਲ ਇੱਕ ਹੀ ਚੀਜ਼ ਬਚੀ ਸੀਗੀ, ਅੱਜ ਉਹ ਵੀ ਲੈ ਲਿੱਤੀ ਗਈ ਹੈ। ਪਹਿਲਾਂ ਪਾਣੀ ਲਿੱਤਾ ਗਿਆ ਪੰਜਾਬ ਦੇ ਵਿੱਚ, ਪੰਜਾਬ ਦਾ ਕੈਪੀਟਲ ਲਿੱਤੀ ਗਈ, ਉਹ ਅੱਜ ਤੱਕ ਅਸੀਂ ਨਹੀਂ ਵਿਚਾਰ ਕਰ ਪਾਏ ਕਿ ਸਾਡੀ ਕੈਪੀਟਲ ਕਿਹੜੀ ਹੈ, ਉਹਦੇ ਵਿੱਚ ਵੀ ਮਤਭੇਦ ਹੈ। ਪੰਜਾਬ ਦੀ ਲੈਂਗੁਏਜ ਤੱਕ ਲੈ ਲਿੱਤੀ ਗਈ, ਪੰਜਾਬ ਦੀ ਜਵਾਨੀ ਵੀ ਲੈ ਲਿੱਤੀ ਗਈ, ਪੰਜਾਬ ਦੀ ਸਿੱਖਿਆ ਵੀ ਲੈ ਲਿੱਤੀ ਗਈ, ਪੰਜਾਬ ਦੀ ਨਵੀਂ ਪਨੀਰੀ ਦਾ ਵੀ ਘਾਣ ਕੀਤਾ। ਸੋ ਅੱਜ ਮੈਂ ਜ਼ਰੂਰ ਕਹਾਂਗਾ ਪੰਜਾਬ ਦੀ ਕਿਸਾਨੀ ਵੀ ਲੈ ਲਿੱਤੀ ਗਈ। ਕੀ ਅਮੈਂਡਮੈਂਟਸ ਇਸ ਆਰਡੀਨੈਂਸ ਬਿੱਲ ਦੇ ਵਿੱਚ ਲਿਆਉਂਦੇ ਗਏ ਹਨ, ਮੇਰੇ ਨਾਲ ਗੈਸਟ ਮੌਜੂਦ ਹਨ, ਉਹਨਾਂ ਨਾਲ ਮੈਂ ਤੁਹਾਨੂੰ ਤਾਰੁਫ ਕਰਾਉਣਾ ਚਾਹੁੰਦਾ। ਮੇਰੇ ਨਾਲ ਚਰਨਪਾਲ ਸਿੰਘ ਬਾਗੜੀ ਮੌਜੂਦ ਹਨ ਜੋ ਕਿ ਲੋਇਰ ਹਨ ਸੁਪਰੀਮ ਕੋਰਟ ਦਿੱਲੀ ਇੰਡੀਆ ਤੋਂ, ਸਾਡੇ ਨਾਲ ਅੱਜ ਇਸ ਮੁੱਦੇ ਦੇ ਤਹਿਤ ਰਹਿਣਗੇ ਔਰ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਸੁਪਰੀਮ ਕੋਰਟ ਦਾ ਬੂਹਾ ਖੜਕਾਵਾਂਗੇ ਕਿ ਜਾ ਸਕਦੀ ਹੈ ਪੰਜਾਬ ਸਰਕਾਰ, ਕਿਸਾਨਾਂ ਦੇ ਲੀਗਲ ਰਾਈਟਸ ਕੀ ਹਨ। ਜੇਕਰ ਤੁਹਾਡੇ ਉੱਤੇ ਕੋਈ ਗੱਲ ਹੁੰਦੀ ਹੈ ਕਿ ਤੁਸੀਂ ਕੋਰਟ ਜਾ ਸਕਦੇ ਹੋ, ਇਹ ਸਾਰੀ ਗੱਲਾਂ ਜਾਣਾਂਗੇ। ਸਿੱਧਾ ਲੈ ਕੇ ਚੱਲਦਾ ਤੁਹਾਨੂੰ ਚੰਡੀਗੜ੍ਹ, ਮੇਰੇ ਨਾਲ ਚਰਨਪਾਲ ਸਿੰਘ ਬਾਗੜੀ ਜੀ ਮੌਜੂਦ ਹਨ, ਉਹਨਾਂ ਦਾ ਇਸ ਮੰਚ ਦੇ ਉੱਤੇ ਸਵਾਗਤ ਕਰਦਾ। ਚਰਨਪਾਲ ਜੀ, ਤੁਹਾਡਾ ਸਭ ਤੋਂ ਪਹਿਲਾਂ ਮੈਂ ਇਸ ਮੰਚ ਦੇ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਚਰਨਪਾਲ ਸਿੰਘ ਜੀ, ਮੈਂ ਜ਼ਰੂਰ ਜਾਣਨਾ ਚਾਹਾਂਗਾ ਤੁਹਾਡੇ ਓਪਨਿੰਗ ਕਮੈਂਟਸ, ਕੀ ਹੈਗਾ ਆਖਿਰਕਾਰ ਹੈ ਆਰਡੀਨੈਂਸ ਬਿੱਲ? ਦੇਖੋ, ਮੈਂ ਫਸਟ ਆਫ ਆਲ ਜਿਹੜਾ ਮੇਰਾ ਵਿਊ ਹੈ, ਦਿਸ ਇਜ਼ ਟੋਟਲੀ ਡਿਜ਼ਾਸਟਰਿਕ ਫਾਰ ਦੀ ਫਾਰਮਰਸ, ਸਪੈਸ਼ਲੀ ਆਫ ਪੰਜਾਬ ਐਂਡ ਹਰਿਆਣਾ।
ਪੰਜਾਬ ਦਾ ਜਿਹੜਾ ਫਾਰਮਰ ਹੈ, ਲੈਟ ਮੀ ਕਲੈਰੀਫਾਈ ਐਟ ਦੀ ਵੈਰੀ ਆਊਟਸੈਟ, ਪੂਰੇ ਇੰਡੀਆ ਦੇ ਜਿਹੜਾ ਫੂਡ ਗ੍ਰੇਨ ਹੈ ਉਹਦਾ 50% ਪ੍ਰੋਡਿਊਸ ਕਰਦਾ, ਡਿਸਪਾਈਟ ਕਿ ਸਾਡੇ ਕੋਲ ਜੀਓਗ੍ਰਾਫਿਕਲੀ ਲੈਂਡ ਚਾਹੇ 2% ਹੈ ਆਲ ਓਵਰ ਇੰਡੀਆ ਦੀ। ਇਹ ਪਰਮਾਤਮਾ ਦੀ ਬਖਸ਼ਿਸ਼ ਕਰ ਲਓ ਇਸ ਧਰਤੀ 'ਤੇ, ਔਰ ਇਹ ਮਿਹਨਤ ਕਰ ਲਓ ਸਾਡੇ ਲੋਕਾਂ ਦੀ ਜਿਨ੍ਹਾਂ ਨੇ 50% ਜਿਹੜਾ ਟੋਟਲ ਫੂਡ ਗ੍ਰੇਨ ਆਲ ਓਵਰ ਇੰਡੀਆ ਦੇ ਵਿੱਚ ਹੁੰਦਾ ਹੈ ਉਹ ਕੰਟਰੀਬਿਊਟ ਸਿਰਫ ਪੰਜਾਬ ਕਰਦਾ। ਜਿੱਥੋਂ ਤੱਕ ਤੁਸੀਂ ਪਹਿਲਾ ਕੁਐਸਚਨ ਕੀਤਾ, ਇਟ ਇਜ਼ ਪਰਟੇਨਿੰਗ ਟੂ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਬੂਹਾ ਖੜਕਾ ਸਕਦੀ ਹੈ, ਇਹਦਾ ਆਂਸਰ ਹੈ ਯੈਸ, ਖੜਕਾ ਸਕਦੀ ਹੈ। ਕਿੱਥੇ, ਕਿਸ ਪ੍ਰੋਵਿਜ਼ਨ 'ਚ ਖੜਕਾ ਸਕਦੀ ਹੈ? ਅੰਡਰ ਆਰਟੀਕਲ 131 ਆਫ ਦੀ ਕੰਸਟੀਟਿਊਸ਼ਨ ਆਫ ਇੰਡੀਆ। ਉਸ ਪ੍ਰੋਵਿਜ਼ਨ ਦੇ ਮੁਤਾਬਿਕ ਜਿਹੜੀ ਪੰਜਾਬ ਕੋਈ ਵੀ ਸੈਂਟਰਲ ਗਵਰਨਮੈਂਟ ਦਾ ਸਟੇਟ ਨਾਲ ਡਿਸਪਿਊਟ ਹੈ, ਇੰਟਰ ਸਟੇਟ ਸਟੇਟ ਦਾ ਸਟੇਟ ਨਾਲ ਡਿਸਪਿਊਟ ਹੈ, ਉਹਦੇ 'ਚ ਜਾਇਆ ਜਾ ਸਕਦਾ। ਮੈਂ ਤੁਹਾਨੂੰ ਕਮਿੰਗ ਟੂ ਦੀ ਪੁਆਇੰਟ, ਜਿਹੜਾ ਮਤਲਬ ਲੇਟੈਸਟ CAA ਸਿਟੀਜ਼ਨ ਅਮੈਂਡਮੈਂਟ ਐਕਟ ਆਇਆ ਹੈ, ਜਿਹਨੂੰ ਕਿ ਸਟੇਟ ਆਫ ਕੇਰਲਾ ਸਟੇਟ ਆਫ ਛੱਤੀਸਗੜ੍ਹ ਨੇ ਆਲਰੇਡੀ ਸੁਪਰੀਮ ਕੋਰਟ ਅਪਰੋਚ ਕੀਤਾ, ਕਿਉਂਕਿ ਪਹਿਲਾਂ 2011 'ਚ ਇਹ ਵਿਊ ਸੀ ਕਿ ਵੀ ਸੁਪਰੀਮ ਕੋਰਟ ਨੇ ਇਹ ਅਬਜ਼ਰਵੇਸ਼ਨ ਕਰਤੀ ਸੀ ਕਿ ਕਿਸੇ ਨੇ ਸੈਂਟਰਲ ਐਕਟ, ਇਹ ਸੈਂਟਰਲ ਐਕਟ ਹੈ ਜਿਹੜਾ ਚੈਲੰਜ, ਜਿਹੜੇ ਇਹ ਤਿੰਨੋਂ ਐਕਟ ਬਣੇ ਨੇ, ਇਹ ਐਕਟ ਚੈਲੰਜ ਕਰਨ ਵਾਸਤੇ ਵੀ ਪਹਿਲਾਂ ਤੁਸੀਂ ਹਾਈ ਕੋਰਟ ਜਾਓ ਆਰਟੀਕਲ 226 ਵਿੱਚ, ਕਿਉਂਕਿ ਸੁਪਰੀਮ ਹਾਈ ਕੋਰਟ ਕੋਲ ਵੀ ਪਾਵਰਸ ਨੇ। 2014 'ਚ ਇੱਕ ਕੇਸ ਹੁੰਦਾ ਹੈ ਮਤਲਬ ਸੁਪਰੀਮ ਕੋਰਟ 'ਚ, ਉੱਥੇ ਵਿਊ ਹੋਰ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਵੀ ਸੁਪਰੀਮ ਕੋਰਟ ਕੋਲ ਪਾਰ ਹੈ ਇਹਨੂੰ ਕੰਸਿਡਰ ਕਰਨ ਦੀ, ਫੁੱਲ ਬੈਂਚ ਨੂੰ ਰੈਫਰੈਂਸ ਕੀਤੀ ਗਈ। ਔਰ CAA ਜਿਹੜਾ ਕੇਰਲਾ ਸਟੇਟ ਨੇ ਤੇ ਛੱਤੀਸਗੜ੍ਹ ਸਟੇਟ ਨੇ ਚੈਲੰਜ ਕੀਤਾ ਹੋਇਆ ਜੀ, ਈਵਨ ਦੋ ਕਿ ਉਹਨਾਂ ਨੇ ਕੰਸਟੀਟਿਊਸ਼ਨਲ ਵੈਲਿਡਿਟੀ ਚੈਲੰਜ ਕੀਤੀ ਹੈ ਕਿ ਜਿਹੜਾ CAA ਹੈ ਉਹ ਸਾਡੇ ਜਿਹੜਾ ਫੈਡਰਲ ਸਾਡੇ ਸਟਰਕਚਰ ਹੈ, ਜਿਹੜੀ ਸਾਡਾ ਪ੍ਰੀਐਂਬਲ ਹੈ, ਸੈਕੂਲਰਿਜ਼ਮ ਹੈ, ਉਹਦੇ ਅਗੇਂਸਟ ਹੈ ਜੀ। ਹੁਣ ਜਿਹੜੇ ਇਹ ਐਕਟ ਬਣੇ ਨੇ, ਇਹ ਕੰਸਟੀਟਿਊਸ਼ਨਲ ਅਮੈਂਡਮੈਂਟਸ ਜਿਹੜੀਆਂ ਨੇ ਹੁਣ ਤੱਕ ਸੁਪਰੀਮ ਕੋਰਟ ਦਾ ਇਤਿਹਾਸ ਰਿਹਾ, ਹੋਰ ਕੰਟਰੀਜ਼ ਦੀ ਕੋਰਟ ਨਾਲੋਂ ਜਿਹੜਾ ਇੰਡੀਅਨ ਕੰਸਟੀਟਿਊਸ਼ਨ ਹੈ ਫਾਰ ਬੈਟਰ ਹੈ ਜੀ। ਇੱਥੇ ਪਾਵਰ ਹੈ ਕੋਰਟ ਕੋਲ, ਅਦਰਵਾਈਜ਼ ਤਾਂ ਲੋਕਾਂ ਦੇ ਇਲੈਕਟਡ MP ਨੇ ਜਿਹੜੇ ਜਾ ਕੇ ਪਾਰਲੀਮੈਂਟ 'ਚ ਬੈਠੇ ਨੇ, ਪਾਰਲੀਮੈਂਟ ਵੀ ਇੱਕ ਸੰਵਿਧਾਨਕ ਕ੍ਰੀਏਚਰ ਹੈ, ਉੱਥੇ ਉਹਨਾਂ ਨੇ ਐਕਟ ਬਣਾਉਣਾ, ਉਹਨਾਂ ਕੋਲ ਪਾਵਰ ਹੈ। ਤੁਸੀਂ ਇਹ ਦੇਖੋ ਸੁਪਰੀਮ ਕੋਰਟ ਕੋਲ ਐਡੀਆਂ ਪਾਵਰਾਂ ਦਿੱਤੀਆਂ ਹੋਈਆਂ, ਜੁਡੀਸ਼ੀਅਲ ਰਿਵਿਊ ਜਿਹੜਾ ਇੱਕ ਤਾਂ ਸਟੇਟ ਦਾ ਹੋ ਗਿਆ, ਸਟੇਟ ਦਾ ਰਾਈਟ, ਸਟੇਟ ਇੱਕ ਇੰਡੀਵਿਜੁਅਲ ਬੰਦਾ ਨਹੀਂ ਹੈ, ਸਟੇਟ ਅੰਡਰ ਆਰਟੀਕਲ 131 ਜਾ ਸਕਦੀ ਹੈ ਜਿੱਥੇ ਸੂਟ ਪ੍ਰੈਫਰ ਕਰੇਗੀ, ਔਰ ਸੁਪਰੀਮ ਕੋਰਟ ਕੋਲ ਹੀ ਜੁਰਿਸਡਿਕਸ਼ਨ ਹੈ ਉਹਨੂੰ ਡਿਸਾਈਡ ਕਰਨ ਦੀ। ਜੇਕਰ ਅਸੀਂ ਇਹਨੂੰ ਲੇਮਨ ਲੈਂਗੁਏਜ ਦੇ ਵਿੱਚ ਸਬਜੀ ਵਕੀਲ ਸਾਹਿਬ, ਆਰਟੀਕਲ 131 ਦੇ ਵਿੱਚ ਸਟੇਟ ਦੇ ਕੋਲ ਇੰਨੀ ਪਾਵਰ ਹੈਗੀ ਹੈ ਕਿ ਦੇ ਕੈਨ ਗੋ ਟੂ ਸੁਪਰੀਮ ਕੋਰਟ ਔਰ ਇਸ ਬਿੱਲ ਨੂੰ ਉਹ ਰੁਕਵਾ ਸਕਦੇ ਹਨ ਜਾਂ ਫਿਰ ਸਟੇ ਕਰਵਾ ਸਕਦੇ ਹਨ? ਯੈਸ ਬਿਲਕੁਲ ਕਰਵਾ ਸਕਦੇ ਹਾਂ। ਮੈਂ ਉਹੀ ਦੱਸਦਾ, ਸਟੇ ਕਰਨਾ ਹਾਈ ਸੁਪਰੀਮ ਕੋਰਟ ਨੇ, ਕਿਹੜਾ ਬੈਂਚ ਹੈ, ਕੀ ਪੁਆਇੰਟ ਇਹ ਲੈ ਕੇ ਜਾਂਦੇ ਨੇ, ਬਹੁਤ ਪੁਆਇੰਟ ਨੇ ਇਹਦੇ ਵਿੱਚ ਲੀਗਲੀ ਵਿੱਚ ਔਨ ਜਿਨ੍ਹਾਂ ਦੇ ਉੱਤੇ ਇਹ ਚੈਲੰਜ ਕੀਤਾ ਜਾ ਸਕਦਾ। ਦੂਜਾ ਤੁਹਾਡਾ ਕੁਐਸਚਨ ਇਹ ਸੀਗਾ ਕਿ ਕੀ ਇੰਡੀਵਿਜੁਅਲ ਜਿਵੇਂ ਕੋਈ ਕਿਸਾਨ ਫਾਰਮਰ ਯੂਨੀਅਨ ਹੈ ਜਾਂ ਕੋਈ ਕਿਸਾਨ ਹੈ ਉਹ ਚੈਲੰਜ ਕਰ ਸਕਦਾ? ਉਹ ਵੀ ਬਿਲਕੁਲ ਮੈਂ ਇਸ ਦੇ ਉੱਤੇ ਜ਼ਰੂਰ ਆਵਾਂਗਾ ਵਕੀਲ ਸਾਹਿਬ। ਇੱਥੇ ਮੈਨੂੰ ਇੱਕ ਸਮਾਂ ਜ਼ਿਆਦਾ ਦੇ ਰਿਹਾ ਨਿੱਕੇ ਜਿਹੇ ਬ੍ਰੇਕ ਲਈ, ਔਰ ਜਦ ਮੈਂ ਬ੍ਰੇਕ ਤੋਂ ਬਾਅਦ ਵਾਪਿਸ ਆਵਾਂਗਾ ਕਿ ਜਿਹੜਾ ਇੰਡੀਵਿਜੁਅਲ ਹੈਗਾ ਫਾਰਮਰ ਉਹ ਜਾ ਸਕਦਾ ਹੈ ਕੋਰਟ ਕਿ ਨਹੀਂ, ਇੱਕ ਵੱਡਾ ਸਵਾਲ ਬਣਦਾ ਹੈ। ਔਰ ਜਿਵੇਂ ਸੁਪਰੀਮ ਕੋਰਟ ਦੀ ਗੱਲ ਕੀਤੀ ਗਈ, ਪੰਜਾਬ ਸਰਕਾਰ ਜਾ ਸਕਦੀ ਹੈ ਅਤੇ ਉਹ ਵੀ ਦੱਸੇਗਾ ਕਿ ਆਰਟੀਕਲ 131 ਦੇ ਤਹਿਤ ਜਾ ਸਕਦੀ ਹੈ। ਕਈ ਹੋਰ ਵੀ ਰਾਜਨੀਤਿਕ ਇਹਦੇ ਵਿੱਚ ਵਿਸ਼ਲੇਸ਼ਣ ਕਰਾਂਗੇ ਕਿ ਆਖਿਰਕਾਰ ਇਸ ਬਿੱਲ ਦੇ ਵਿੱਚ ਹੈ ਕੀ, ਕਿਉਂਕਿ ਹਜੇ ਤੱਕ ਤਸਵੀਰ ਸਾਫ਼ ਨਹੀਂ ਹੋਈ ਹੈ। ਅੱਜ ਸੰਬੰਧ ਦੇ ਉੱਤੇ ਉਸ ਤਸਵੀਰ ਨੂੰ ਸਾਫ਼ ਕਰਾਂਗੇ। ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਸਿੱਧਾ ਲੈ ਕੇ ਚੱਲਦੇ ਹਾਂ ਸਾਡੇ ਜਿਹੜੇ ਗੈਸਟ ਮੌਜੂਦ ਨੇ, ਚਰਨਪਾਲ ਸਿੰਘ ਬਾਗੜੀ, ਲਾਇਰ, ਸੁਪਰੀਮ ਕੋਰਟ ਇੰਡੀਆ, ਜੋ ਕਿ ਪ੍ਰੋਪਰਟੀ ਡਿਸਪਿਊਟ ਅਤੇ ਅਦਰ ਜਿਹੜੇ ਕ੍ਰਿਮੀਨਲ ਮੈਟਰਸ ਨੇ ਉਹਨਾਂ ਦੇ ਐਕਸਪਰਟ ਹਨ, ਉਹਨਾਂ ਦੇ ਮਾਹਿਰ ਹਨ। ਔਰ ਕਾਫੀ ਲੰਬੇ ਸਮੇਂ ਤੋਂ ਉਹ ਚੰਡੀਗੜ੍ਹ, ਪੰਜਾਬ, ਹਰਿਆਣਾ ਦੇ ਵਿੱਚ ਲਗਾਤਾਰ ਕੇਸਿਸ ਦੀ ਪ੍ਰੈਕਟਿਸ ਕਰ ਰਹੇ ਹਨ। ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਕਈ ਸਾਰੇ ਹੋਰ ਵੀ ਜਿਹੜੇ ਲੀਗਲ ਇਸ਼ੂਜ਼ ਨੇ, ਭਾਵੇਂ ਉਹ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਹੋਏ ਜਾਂ ਫਿਰ ਵੱਖ ਵੱਖ ਜਿਹੜੀਆਂ ਹੋਰ ਔਰਗਨਾਈਜੇਸ਼ਨ ਹਨ ਉਹਨਾਂ ਨਾਲ ਸੰਬੰਧਿਤ ਹੋਏ, ਉਹਨਾਂ ਨੂੰ ਉਹ ਡੀਲ ਕਰ ਚੁੱਕੇ ਹਨ। ਚਰਨਪਾਲ ਸਿੰਘ ਜੀ, ਮੈਂ ਤੁਹਾਨੂੰ ਸਵਾਲ ਪੁੱਛਿਆ ਸੀਗਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਮੈਂ ਮੁੜ ਤੋਂ ਤੁਹਾਡਾ ਸਵਾਗਤ ਕਰਦਾ ਬ੍ਰੇਕ ਤੋਂ ਬਾਅਦ, ਕਿ ਸਾਡੇ ਕਿਸਾਨ ਭਰਾਵਾਂ ਦੇ ਕੋਲ ਹੱਕ ਹੈਗਾ, ਲੀਗਲ ਰਾਈਟ ਹੈਗਾ ਉਹਨਾਂ ਦਾ ਕੋਈ, ਜੇਕਰ ਉਹਨਾਂ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਇਨ ਫਿਊਚਰ? ਜੀ ਜੀ ਬਿਲਕੁਲ ਰਾਈਟ ਹੈਗਾ ਟੂ ਅਪਰੋਚ ਦੀ ਸੁਪਰੀਮ ਕੋਰਟ ਐਂਡ ਦੀ ਹਾਈ ਕੋਰਟ ਆਲਸੋ, ਕਿਉਂਕਿ ਆਰਟੀਕਲ 226 ਦੇ ਤਹਿਤ ਸੁਪਰੀਮ ਕੋਰਟ ਕੋਲ, ਹਾਈ ਕੋਰਟ ਕੋਲ ਬਹੁਤ ਵੈਸਟਡ ਪਾਵਰ ਹੈਗੀਆਂ ਨੇ, ਇਨਹੈਰੈਂਟ ਜੁਰਿਸਡਿਕਸ਼ਨ ਹੈਗੀ ਹੈ, ਰਿਟ ਜੁਰਿਸਡਿਕਸ਼ਨ ਹੈਗੀ ਹੈ।
ਸਰ ਮੈਂ ਕਮਿੰਗ ਟੂ ਦੀ ਪੁਆਇੰਟ ਜਿਹੜਾ ਆਪਾਂ ਐਕਟ ਦੀ ਗੱਲ ਕਰਦੇ ਹਾਂ ਹੁਣ ਇਹ ਜਿਹੜਾ ਐਕਟ ਹੈ ਇਹ ਸਟੇਟ ਵਾਲਾ ਮੈਂ ਆਲਰੇਡੀ ਕਲੀਅਰ ਕਰ ਚੁੱਕਿਆ ਇੰਡੀਵਿਜੁਅਲ ਚਾਹੇ ਕੋਈ ਆਰਗੇਨਾਈਜੇਸ਼ਨ ਆਪਣੀ ਫਾਰਮਰ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਇੰਡੀਵਿਜੁਅਲ ਫਾਰਮਰ ਹੈ ਉਹ ਵੀ ਫਾਈਲ ਕਰ ਸਕਦਾ ਹੁਣ ਤੁਹਾਨੂੰ ਮੈਂ ਇੱਕ ਆਪਣੀ ਐਗਜ਼ਾਮਪਲ ਦਿੰਦਾ 2018 ਚ ਇੱਕ ਤੁਹਾਨੂੰ ਵੀ ਪਤਾ ਹੋਣਾ ਵੀ ਪਰਾਲੀ ਦਾ ਇਸ਼ੂ ਹੋਇਆ ਸੀ ਵੀ ਪਰਾਲੀ ਜਦੋਂ ਕਿਸਾਨ ਜਲਾਉਂਦਾ ਉਹਦੇ ਨਾਲ ਬਹੁਤ ਪੋਲਿਊਸ਼ਨ ਹੁੰਦਾ ਦਿੱਲੀ ਦੇ ਵਿੱਚ ਚੋਕ ਹੋ ਚੁੱਕੀ ਹੈ ਦਿੱਲੀ ਕਿਸਾਨਾਂ ਤੇ ਫਾਈਨ ਹੋਣੇ ਸ਼ੁਰੂ ਹੋ ਗਏ ਸੀ ਤੇ ਪਰਚੇ ਹੋਣੇ ਸ਼ੁਰੂ ਹੋ ਗਏ ਸੀ ਤੇ 2018 ਚ ਛੁੱਟੀਆਂ ਦੇ ਦੌਰਾਨ ਜਦੋਂ ਸਮਰ ਵਕੇਸ਼ਨ ਸੀ ਉਦੋਂ ਮੈਂ ਇਹ ਪ੍ਰਪੇਅਰ ਕੀਤਾ ਕਿ ਮੈਂ ਵੀ ਫਾਰਮਰ ਕਮਿਊਨਿਟੀ ਨੂੰ ਬਿਲੋਂਗ ਕਰਦਾ ਤੇ ਉਹ ਚ ਮੈਂ ਮੰਗਿਆ ਸੀ ਵੀ ਜਿਹੜੀ ਇਹ ਝੋਨੇ ਦੀ ਫਸਲ ਹੈ ਸਿਰਫ ਪੋਲਿਊਸ਼ਨ ਹੀ ਨਹੀਂ ਕਰ ਰਹੀ ਇਹ ਤਾਂ ਸਾਡਾ ਪੀਣ ਵਾਲਾ ਪਾਣੀ ਖਤਮ ਵੀ ਕਰ ਰਹੀ ਹੈ ਤੇ ਉਹਦੇ ਚ ਮੈਂ ਮੰਗਿਆ ਕੀ ਸੀ ਕਿ ਵੀ ਜਿਹੜੀਆਂ ਹੋਰ ਫਸਲਾਂ ਨੇ ਚਾਹੇ ਸਰੋਂ ਹੈ ਸੂਰਜਮੁਖੀ ਹੈ ਦਾਲਾਂ ਨੇ ਮੱਕੀ ਹੈ ਕਪਾਹ ਹੈ ਜਾਂ ਸਾਡਾ ਗੰਨਾ ਹੈ ਇਹਦੀ ਵੀ MSP ਤਾਂ ਫਿਕਸ ਕਰੋ ਤੇ ਨਾਲ ਦੀ ਨਾਲ ਇਹਦੀ ਜਿਹੜੀ ਖਰੀਦ ਹੈ ਉਹ ਵੀ ਯਕੀਨੀ ਬਣਾਓ ਗਵਰਨਮੈਂਟ ਯਕੀਨੀ ਬਣਾ ਵੀ ਗਵਰਨਮੈਂਟ ਪਰਚੇਜ਼ ਕਰੂਗੀ MSP ਫਿਕਸ ਕਰਨਾ ਮੈਂ ਹੁਣ ਇਹਦਾ ਰੀਜ਼ਨ ਤੁਹਾਨੂੰ ਦੱਸਦਾ ਮੈਂ ਕਿਉਂ ਤੁਹਾਨੂੰ ਦੱਸ ਰਿਹਾ ਇਹ MSP ਫਿਕਸ ਕਰ ਦੇਣਾ ਸਪੋਜ਼ MSP ਤੁਸੀਂ ਫਿਕਸ ਕਰਤੀ 2000 ਜਾਂ 3000 ਖਰੀਦੇਗਾ ਕੌਣ ਮੱਕੀ ਦੀ ਵੀ MSP ਹੈ ਪ੍ਰੋਬਲਮ ਇਹੀ ਹੈ ਕਿਸਾਨਾਂ ਨੂੰ ਗਾਈਡ ਕਰਨਾ ਡਾਇਰੈਕਸ਼ਨ ਹੁਣ ਇੱਕੋ ਗੱਲ ਮੈਂ ਕਈ ਰਾਜ ਨੇਤਾਵਾਂ ਦੇ ਭਾਸ਼ਣ ਸੁਣ ਰਿਹਾ ਸੀ ਵੀ ਤੁਸੀਂ ਇੱਕ ਲਾਈਨ ਪਾ ਦਿਓ ਐਕਟ ਦੇ ਵਿੱਚ ਵੀ MSP ਖਤਮ ਨਹੀਂ ਹੋਏਗੀ ਜੀ ਸਰ ਉਹ ਕਿੱਦਾਂ ਇਹ ਪੋਸੀਬਲ ਹੈਗਾ ਤੁਸੀਂ MSP ਲਿਖਦੇ ਰਹੋ ਗੱਲ ਤਾਂ ਕੁਐਸਚਨ ਇਹ ਹੈ ਵੀ MSP ਲਿਖਣ ਨਾਲ ਕੰਮ ਨਹੀਂ ਚੱਲਣਾ ਗੱਲ ਖਰੀਦ ਯਕੀਨੀ ਬਣਾਉਣ ਦਾ ਰੀਜ਼ਨ ਹੈ ਹੁਣ ਉਹ ਜਿਹੜਾ ਮੇਰਾ ਪਟੀਸ਼ਨ ਸੀ ਉਹ ਪਟੀਸ਼ਨ ਮੇਰੇ ਉਹ ਚ ਨੋਟਿਸ ਵੀ ਹੋਇਆ ਸੁਪਰੀਮ ਕੋਰਟ ਨੇ ਕਾਲ ਕਰ ਲਿਆ ਸੁਪਰੀਮ ਕੋਰਟ ਚ ਪੈਂਡਿੰਗ ਪਿਆ ਹੁਣ ਐਕਟ ਇਹ ਆ ਗਏ ਉਹ ਚ ਅਸੀਂ ਮੰਗ ਰਹੇ ਹਾਂ ਨੋਟਿਸ ਹੋਇਆ ਹੋਇਆ ਸਰਕਾਰ ਨੂੰ ਸਰਕਾਰ ਦਾ ਤੁਸੀਂ ਇੰਟੈਂਸ਼ਨ ਦੇਖੋ ਜਿੱਥੋਂ ਤੱਕ ਮੇਰਾ ਪਰਸਨਲ ਜਿਹੜਾ ਓਪੀਨੀਅਨ ਹੈ ਇਸ ਐਕਟ ਦੇ ਵਿੱਚ ਉਹ ਐਕਟ ਦੇ ਵਿੱਚ ਜਿਹੜਾ ਕੁਛ ਮੈਂ ਹੁਣ ਮੈਂ ਬਰੀਫ ਚ ਕਿਉਂਕਿ ਮੈਨੂੰ ਲੱਗਦਾ ਟਾਈਮ ਵੀ ਬਹੁਤ ਘੱਟ ਬਾਕੀ ਸਰ ਉਸ ਤੋਂ ਪਹਿਲਾਂ ਮੈਂ ਅੱਗੇ ਆਵਾਂ ਮੇਰੇ ਕੋਲ ਕਾਫੀ ਸਾਰੇ ਕਾਲਰਸ ਜੁੜੇ ਹੋਏ ਨੇ ਉਹਨਾਂ ਨੂੰ ਵੀ ਇੱਕ ਵਾਰੀ ਸੁਣ ਲੈਂਦੇ ਹਾਂ ਉਹਨਾਂ ਦੀ ਵੀ ਦਿਲ ਦੀਆਂ ਗੱਲਾਂ ਜਿਹੜੀਆਂ ਉਹ ਵੀ ਇਸ ਮੁੱਦੇ ਦੇ ਉੱਤੇ ਜ਼ਰੂਰੀਆਂ ਹਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਹਾਂਜੀ ਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ ਸਤਿ ਸ਼੍ਰੀ ਅਕਾਲ ਪ੍ਰੇਮਪੁਰਾ ਸਾਹਿਬ ਕੀ ਕਹਿਣਾ ਚਾਹੋਗੇ ਵਾਲੀਆ ਸਾਹਿਬ ਅੱਜ ਜੋ ਤੁਸੀਂ ਮੁੱਦਾ ਲਿਆਇਆ ਨਾ ਜੀ ਇਹ ਹਰਿਆਣਾ ਪੰਜਾਬ ਦੀ ਲਾਈਫ ਲਾਈਨ ਦਾ ਮੁੱਦਾ ਜੀ ਇਹ ਦੋਵੇਂ ਸਟੇਟਾਂ ਖੇਤੀ ਤੇ ਨਿਰਭਰ ਨੇ ਜੀ ਉਹਦੇ ਚ ਕੱਲੇ ਪੰਜਾਬੀ ਨੀ ਜੋ ਵੀ ਇਹਨਾਂ ਸਟੇਟਾਂ ਚ ਰਹਿ ਰਿਹਾ ਦੁਕਾਨਦਾਰ ਕੱਪੜੇ ਵਾਲਾ ਕਰਿਆਨੇ ਵਾਲਾ ਜੋ ਵੀ ਮਾਰਕੀਟ ਚੱਲਦੀ ਹੈ ਸਾਰੀ ਫਸਲਾਂ ਦੇ ਸਿਰ ਤੇ ਚੱਲਦੀ ਜੀ ਬਾਕੀ ਤੁਸੀਂ ਵਕੀਲ ਸਾਹਿਬ ਨੂੰ ਲਿਆਏ ਹੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਾਨੂੰਨ ਵਿੱਚ ਬੜਾ ਕੁਛ ਲਿਖਿਆ ਅੱਜ ਤੱਕ ਕਾਨੂੰਨ ਨੂੰ ਫੋਲੋ ਕੇ ਕੀਤਾ ਜਾਂ ਸਾਨੂੰ ਪੰਜਾਬੀਆਂ ਨੂੰ ਕਿਸੇ ਨੂੰ ਕਾਨੂੰਨ ਦਾ ਹੱਕ ਮਿਲਿਆ ਜੀ ਜੀ 39 ਸਾਲ ਦੇ ਇੱਕ IPS ਅਫਸਰ ਦਾ ਪੁੱਤਰ ਮਰਿਆ ਉਹਨੂੰ ਕਾਨੂੰਨ ਨੇ ਕੀ ਦਿੱਤਾ ਕਾਨੂੰਨ ਘੱਟ ਗਿਣਤੀ ਵਾਸਤੇ ਹੋ ਰਹੇ ਜੀ ਜਿਹੜੀਆਂ ਕਮਿਊਨਿਟੀਆਂ ਸਰਕਾਰਾਂ ਬਣਾਉਂਦੀਆਂ ਉਹਨਾਂ ਵਾਸਤੇ ਹੋਰ ਨੇ ਜੀ ਜੀ ਮਿਹਰਬਾਨੀ ਹਿੰਦੁਸਤਾਨ ਵਿੱਚ ਜੀ ਮਿਹਰਬਾਨੀ ਕਾਨੂੰਨ ਚ ਕੋਈ ਕਮੀ ਨੀ ਜੀ ਪਰ ਉਹ ਅੱਜ ਤੱਕ ਮਿਲਿਆ ਸੁਪਰੀਮ ਕੋਰਟ ਨੇ ਪਹਿਲਾਂ ਆਈ ਥਿੰਕ ਯੂ ਰਾਈਟ 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 ਕੁਐਸਚਨ ਮੈਂ ਪੁੱਛ ਲੈਣਾ ਵਕੀਲ ਸਾਹਿਬ ਤੋਂ ਡੋਂਟ ਵਰੀ ਇਹ ਮੈਂ ਇੱਥੋਂ ਹੀ ਆਨਸਰ ਦਿੰਦਾ ਸਰ ਲੈਟ ਮੀ ਕਲੈਰੀਫਾਈ ਇਹਨਾਂ ਨੇ ਬਹੁਤ ਅੱਛਾ ਕੁਐਸਚਨ ਕਿਹਾ ਮੈਂ ਤੁਹਾਨੂੰ ਦੱਸਦਾ 2019 ਦਾ ਇੰਸੀਡੈਂਟ ਦੱਸ ਰਿਹਾ ਤੁਹਾਨੂੰ ਜੀ ਹਰਿਆਣਾ ਦੇ ਵਿੱਚ ਖੱਟੜ ਗਵਰਨਮੈਂਟ ਹੈ ਜੀ HPSC ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ ਪੋਸਟਾਂ ਕੱਢੀਆਂ ਕਲਾਸ 1 ਆਫੀਸਰਸ ਦੀਆਂ ਜੀ ਉਹ ਪੋਸਟਾਂ ਦੇ ਵਿੱਚ ਮਤਲਬ ਉਹ ਪੋਸਟਾਂ ਉਹ ਨੇ DSP ਨੇ ਜਾਂ ਮਤਲਬ ਜਿਵੇਂ ਆਪਣੇ PCS ਹੈ HCS ਕਲਾਸ 1 ਆਫੀਸਰ ਦੀਆਂ ਪੋਸਟਾਂ ਸੀਗੀਆਂ ਸਾਰੀਆਂ ਹੀ ਜੀ ਉਹਦੇ ਚ ਇਹਨਾਂ ਨੇ ਜਿੱਦਾਂ ਰਿਟਨ ਐਗਜ਼ਾਮ ਸੀਗਾ 31 ਮਾਰਚ 2019 ਦਾ ਸ਼ਡਿਊਲ ਹੋਇਆ ਇੱਕ ਦਿਨ ਦੋ ਦਿਨ ਪਹਿਲਾਂ ਇੱਕ ਕੰਡੀਸ਼ਨ ਪਾਤੀ ਜਿਹੜੇ ਕੋਈ ਵੀ ਕਕਾਰ ਨੇ ਉਹ ਪਹਿਨੇ ਨਹੀਂ ਜਾਣਗੇ ਕਾਮਨ ਪਾਤੀ ਕੋਈ ਮੰਗਲ ਸੂਤਰ ਨੀ ਪਹਿਨੇਗਾ ਕੋਈ ਕੁਛ ਨੀ ਪਹਿਨੇਗਾ ਨਾਲ ਕੰਡੀਸ਼ਨ ਲਾਤੀ ਵੀ ਕਕਾਰ ਵੀ ਨੀ ਪਹਿਨੇ ਜਾਣਗੇ ਕੜਾ ਤੇ ਕਿਰਪਾਨ ਇਹ ਇਹਨਾਂ ਨੇ 2016 ਚ ਵੀ ਖੱਟੜ ਗਵਰਨਮੈਂਟ ਆਈ ਸੀ ਇਹਨਾਂ ਨੇ ਉਦੋਂ ਲਾਇਆ ਸੀ 2019 ਮੈਨੂੰ 30 ਤਰੀਕ ਨੂੰ ਪਤਾ ਚੱਲੀ ਇਹ ਗੱਲ ਕਿਸੇ ਯੂਨੀਵਰਸਿਟੀ ਤੋਂ ਮੈਨੂੰ ਫੋਨ ਆਇਆ ਵੀ ਅਸੀਂ ਤਾਂ ਅੱਗੇ ਆ ਨੀ ਸਕਦੇ ਬੱਚਿਆਂ ਦਾ ਐਡਾ ਭਵਿੱਖ ਦਾ ਕੰਮ ਹੈ ਇੱਕ ਵਾਰ ਇਹ ਪੂਰਾ ਹੋ ਸਕਦਾ ਐਗਜ਼ਾਮ ਆਵੇ ਮੁੜ ਕੇ ਅਗਲੀ ਲਾਈਫ ਦੇ ਵਿੱਚ ਉਹਨਾਂ ਦਾ ਟਾਈਮ ਨਿਕਲ ਸਕਦਾ ਹਰ ਟਾਈਮ ਥੋੜੋ ਉਹਨੇ HCS ਦੀਆਂ ਪੋਸਟਾਂ ਐਡੀਆਂ ਏ ਕਲਾਸ ਆਫੀਸਰ ਦੀਆਂ ਤੇ ਅਸੀਂ ਜਾ ਨੀ ਸਕਦੇ ਚਲੋ ਮੈਂ ਉਹ ਰਾਤੋ ਰਾਤ ਪ੍ਰਪੇਅਰ ਕੀਤੀ 30 ਤਰੀਕ ਨੂੰ ਸੀ ਸੈਚਰਡੇ ਛੁੱਟੀ ਹੁੰਦੀ ਹਾਈਕੋਰਟ ਚਲੋ ਮੈਂ ਚੀਫ ਜਸਟਿਸ ਦੇ ਅੱਗੇ ਅਪੀਅਰ ਹੋ ਕੇ ਸਪੈਸ਼ਲ ਬੈਂਚ ਕੰਸਟੀਟਿਊਟ ਕੀਤਾ ਸਰ
ਜੀ ਰਾਤ ਨੂੰ 8 ਵਜੇ ਤੱਕ ਸੁਣਵਾਈ ਹੋਈ ਜੀ ਉਹ 31 ਮਾਰਚ ਵਾਲੇ ਜਿਹੜਾ ਪਟੀਸ਼ਨ ਸੀਗਾ ਐਗਜ਼ਾਮ ਉਹ ਵਿਦ ਦੀ ਗ੍ਰੇਸ ਆਫ ਗੋਡ ਮੈਂ ਉਹ ਲੈ ਕੇ ਪਰਮਿਸ਼ਨ ਦਿੱਤੀ ਪੰਜੇ ਕਕਾਰ ਪਹਿਨਣ ਦੀ ਪਰਮਿਸ਼ਨ ਪ੍ਰੋਵਾਈਡ ਕੀਤੀ ਰਾਈਟ ਇਹ ਸਾਡਾ ਆਰਟੀਕਲ 25 ਕਹਿੰਦਾ ਰਾਈਟ ਟੂ ਪ੍ਰੋਫੈਸ ਰਿਲੀਜਨ ਕਨਸਟੀਟਿਊਸ਼ਨਲ ਹੈ ਉਹ ਚ ਕਿਰਪਾਨ ਲਿਖਿਆ ਕਿਰਪਾਨ ਇਸ ਦੀ ਪਾਰਟ ਆਫ ਪ੍ਰੋਫੈਸ਼ਨ ਆਫ ਦੀ ਸਿੱਖ ਇਹ ਤਾਂ ਸਾਡਾ ਉਹ ਸਨੈਚ ਕਰਨ ਲੱਗੇ ਸੀ ਦੇਖੋ ਇਹ ਮੈਂ ਬਿਲਕੁਲ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਫਾਈਟ ਕਰ ਰਹੇ ਹਾਂ ਕਰ ਵੀ ਰਹੇ ਹਾਂ ਪਰ ਸਾਨੂੰ ਇਹ ਲੱਗਦਾ ਜਿਹੜਾ ਇਹਦੇ ਵਾਸਤੇ ਕੋਰਟ ਜਾਣ ਨੂੰ ਲੋੜ ਸੀ ਮੈਂ ਉਹ ਹਲੇ ਪਟੀਸ਼ਨ ਪੈਂਡਿੰਗ ਪਿਆ ਹੋਇਆ ਹੁਣ ਉਹਨਾਂ ਚ ਉਹਨਾਂ ਨੇ ਕਲੀਅਰ ਕੀਤਾ ਵੀ ਹਾਂ ਅਸੀਂ ਨਹੀਂ ਬੈਨ ਲਾਵਾਂਗੇ ਨਾ ਉਦੋਂ ਲਾਇਆ ਨਾ ਅਸੀਂ ਅਗਲੇ ਟਾਈਮ ਤੇ ਕਦੇ ਲਾਵਾਂਗੇ ਦੂਜੇ ਨੰਬਰ ਤੇ ਜਿਹੜੇ ਇਹ ਵਕੀਲ ਸਾਹਿਬ ਕਿਹੜੀਆਂ ਦਲੀਲਾਂ ਸਾਨੂੰ ਹੈਲਪ ਕਰ ਸਕਦੀਆਂ ਸਵਾਲ ਵੱਡਾ ਇੱਥੇ ਬਣਦਾ ਜੇਕਰ ਅਸੀਂ ਸੁਪਰੀਮ ਕੋਰਟ ਜਾਣੇ ਆ ਸੋ ਯੂ ਨੋ ਤਿੰਨ ਲਿਸਟਾਂ ਨੇ ਲੈਟ ਮੀ ਕਲੈਰੀਫਾਈ ਸਰ ਜੀ ਇਟ ਇਜ਼ ਇਨ ਆਰ ਕੰਸਟੀਟਿਊਸ਼ਨ ਸ਼ਡਿਊਲ 7 ਦੇ ਵਿੱਚ ਤਿੰਨ ਲਿਸਟਾਂ ਬਣੀਆਂ ਹੋਈਆਂ ਯੂਨੀਅਨ ਲਿਸਟ ਬਣੀ ਹੈ ਸਟੇਟ ਲਿਸਟ ਬਣੀ ਹੈ ਤੇ ਕਨਕਰੈਂਟ ਲਿਸਟ ਬਣੀ ਹੈ ਆਰਟੀਕਲ 246 ਕਹਿੰਦਾ ਕਿ ਜਿਹੜੀ ਯੂਨੀਅਨ ਲਿਸਟ ਹੈ ਉਹਦੇ ਤੇ ਸਿਰਫ ਸੈਂਟਰਲ ਗਵਰਨਮੈਂਟ ਦਾ ਅਧਿਕਾਰ ਹੈ ਕਾਨੂੰਨ ਬਣਾਉਣ ਦਾ ਠੀਕ ਹੈ ਜੀ ਉਸ ਤੋਂ ਉਹ ਚ ਕਿਹੜੀਆਂ ਆਉਂਦੀਆਂ ਜਿਵੇਂ ਡਿਫੈਂਸ ਫੋਰਸਿਸ ਨੇ ਮਤਲਬ ਨੈਸ਼ਨਲ ਇੰਪੋਰਟੈਂਸ ਦੇ ਜਿਹੜੇ ਹਾਇਰ ਅਥਾਰਟੀਜ਼ ਐਡਮਿਨਿਸਟ੍ਰੇਸ਼ਨ ਜਿਹੜੀਆਂ ਹੋ ਗਈਆਂ ਦੇ ਕਮ ਅੰਡਰ ਦਿਸ ਆਰਟੀਕਲ ਓਕੇ ਉਸ ਤੋਂ ਅੱਗੇ ਸਟੇਟ ਲਿਸਟ ਆਉਂਦੀ ਹੈ ਸਟੇਟ ਲਿਸਟ ਦੀ ਜਿਹੜੀ ਐਂਟਰੀ 14 ਉਹਦੇ ਵਿੱਚ ਐਗਰੀਕਲਚਰ ਆਉਂਦਾ ਠੀਕ ਹੈ ਸਟੇਟ ਕੋਲ ਪਾਵਰ ਹੈ ਸਟੇਟ ਲੈਜਿਸਲੇਚਰ ਕੋਲ ਓਕੇ ਅੱਗੇ ਆਉਂਦੀ ਹੈ ਕਨਕਰੈਂਟ ਹੁੰਦੀ ਹੈ ਜਿਹਦੇ ਚ ਦੋਹੇ ਬਣਾ ਸਕਦੇ ਨੇ ਠੀਕ ਹੈ ਹੁਣ ਪ੍ਰੋਬਲਮ ਕੀ ਹੈ ਇਸ ਇਹ ਇੱਕ ਪੁਆਇੰਟ ਹੋ ਸਕਦਾ ਵੈਨ ਵੀ ਆਰ ਗੋਇੰਗ ਟੂ ਸਰਚ ਆਊਟ ਵੀ ਇਹ ਐਕਟ ਜਿਹੜਾ ਅੰਡਰ ਮਤਲਬ ਉਹਨਾਂ ਨੇ ਪੂਰੀ ਆਪਣੀ ਪਾਵਰ ਐਕਸਰਸਾਈਜ਼ ਅੱਛਾ ਇਹ ਵੀ ਤਾਂ ਹੋ ਸਕਦਾ ਸਰ ਇਹ ਵੀ ਤਾਂ ਹੋ ਸਕਦਾ ਵਕੀਲ ਸਾਹਿਬ ਕੀ ਪਹਿਲਾਂ ਸਟੇਟ ਨੇ ਜ਼ਿਆਦਾ ਦੇ ਦਿੱਤੀ ਹੋਏ ਸਟੇਟ ਨੇ ਉਹਨਾਂ ਨੂੰ ਹਸਤਾਖਰ ਕਰਕੇ ਦੇ ਦਿੱਤੇ ਹੁਣ ਸਟੇਟ ਕਿੱਦਾਂ ਸਟੇਟ ਕਨਸਟੀਟਿਊਸ਼ਨ ਚ ਇਜਾਜ਼ਤ ਕਿੱਦਾਂ ਦੇ ਦੇਗੀ ਨਹੀਂ ਜਿਵੇਂ ਅਮੈਂਡਮੈਂਟ ਹੋ ਸਕਦੀ ਤੁਸੀਂ ਕਨਕਰੈਂਟ ਕਿਹਾ ਅਮੈਂਡਮੈਂਟ ਜਿਹੜੀ ਹੈ ਦੇਖੋ ਮੈਂ ਤੁਹਾਨੂੰ ਦੱਸਦਾ 42nd ਅਮੈਂਡਮੈਂਟ 1976 ਚ ਹੋਈ ਸੀ ਜਿਹਦੇ ਚ ਐਜੂਕੇਸ਼ਨ ਜਿਹੜਾ ਸਟੇਟ ਦਾ ਵਿਸ਼ੇ ਸੀ ਉਹ ਸੈਂਟਰ ਨੇ ਲੈ ਲਿਆ ਸੀ ਠੀਕ ਹੈ ਜਿੱਥੋਂ ਤੱਕ ਮੈਂ ਤੁਹਾਨੂੰ ਦੱਸਦਾ ਜਿਹੜੀ ਕਨਕਰੈਂਟ ਲਿਸਟ ਹੈ ਮੈਨੂੰ ਕੰਪਲੀਟ ਕਰ ਲੈਣ ਦੋ ਉਹਦੀ ਐਂਟਰੀ 33 ਹੈ ਜਿਹਦੇ ਵਿੱਚ ਇੰਡਸਟਰੀ ਤੇ ਐਗਰੀਕਲਚਰ ਨਾਲ ਜੁੜੇ ਹੋਏ ਸਪਲਾਈ ਤੇ ਡਿਸਟ੍ਰੀਬਿਊਸ਼ਨ ਦਾ ਕੁਐਸਚਨ ਜਿਹੜਾ ਹੈ ਉਹ ਪਾਰਲੀਮੈਂਟ ਲੈ ਸਕਦਾ ਆਪਣੇ ਕੋਲੇ ਉਹ ਹੈ ਉਹਨਾਂ ਕੋਲੇ ਓਕੇ ਹੁਣ ਬਹੁਤ ਇੰਪੋਰਟੈਂਟ ਕੁਐਸਚਨ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਉਹ ਇੰਪੋਰਟੈਂਟ ਇਸ਼ੂ ਇਹ ਹੈ ਕਿ ਵੀ ਜਿਹੜਾ ਸਾਡੇ ਨਾਲ ਇਹ ਐਕਟ ਬਣਾ ਕੇ ਕੀਤਾ ਕੀ ਜਾ ਰਿਹਾ ਹੁਣ ਤੁਸੀਂ ਯੂਜੁਅਲੀ ਸੁਣ ਰਹੇ ਹੋ ਕਿ ਜੀ ਅਸੀਂ ਇਹ ਐਕਟ ਦੇ ਵਿੱਚ ਨਾ MSP ਲਈ ਹੈ ਨਾ ਅਸੀਂ MSP ਦਿੱਤੀ ਹੈ ਨਾ ਅਸੀਂ ਕਿਸੇ ਤੋਂ ਅਧਿਕਾਰ ਲਏ ਨੇ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਹੈ APMC ਜਿਹਦੇ ਤਹਿਤ ਸਾਡੀ ਮੰਡੀ ਦੀ ਪ੍ਰੋਕਿਓਰਮੈਂਟ ਤੇ ਪਰਚੇਜ਼ ਹੁੰਦੀ ਹੈ ਠੀਕ ਹੈ ਤੁਸੀਂ ਮੈਨੂੰ ਇਹ ਦੱਸੋ ਇਹਦਾ ਮੈਂ ਇੱਕ ਨਿਚੋੜ ਤੁਹਾਨੂੰ ਦੱਸਦਾ ਇਨ ਫਿਊਚਰ ਗਵਰਨਮੈਂਟ ਇਹ ਕਵੇ ਕਿ ਵੀ ਤੁਸੀਂ ਜਿੰਨੇ ਵੀ ਗਵਰਨਮੈਂਟ ਇੰਪਲਾਈਜ਼ ਨੇ ਚਾਹੇ ਉਹ ਟੀਚਰ ਹੈ ਕੋਈ ਕਲਰਕ ਲੱਗਾ ਕਿਤੇ ਵੀ ਕੰਮ ਕਰ ਰਿਹਾ ਕਲਾਸ 1 ਆਫੀਸਰ ਹੈ ਜੀ ਤੁਸੀਂ ਤੁਹਾਡੀ ਜਿਹੜੀ ਸਰਵਿਸ ਹੈ ਜੇ ਤੁਸੀਂ ਅੱਜ 50,000 ਰੁਪਇਆ ਤਨਖਾਹ ਲੈਂਦੇ ਹੋ ਤੁਹਾਡੀ ਤਨਖਾਹ ਮੈਂ ਅਸੀਂ 55,000 ਰੁਪਇਆ ਮਿਨੀਮਮ ਕਰਤੀ ਪਰ ਅਸੀਂ ਤੁਹਾਨੂੰ ਹਾਇਰ ਨਹੀਂ ਕਰਨਾ ਨਾ ਅਸੀਂ ਤੁਹਾਨੂੰ ਸੈਲਰੀ ਦੇਣੀ ਹੈ ਤੁਸੀਂ ਅੰਬਾਨੀ ਦੇ ਲੱਗ ਜਾਓ ਜਾ ਕੇ ਤੁਸੀਂ ਅਦਾਨੀ ਦੇ ਲੱਗ ਜਾਓ ਜਿੱਥੇ ਮਰਜ਼ੀ ਜਾਓ ਦੁਨੀਆ 'ਚ ਜਿਵੇਂ ਇਹ ਕਹਿ ਰਹੇ ਨਾ ਜਿੱਥੇ ਮਰਜ਼ੀ ਜਾ ਕੇ ਵੇਚੋ ਜੀ ਜਿੱਥੇ ਮਰਜ਼ੀ ਜਾ ਕੇ ਤਾਂ ਕਿਸਾਨ ਪਹਿਲਾਂ ਵੀ ਵੇਚ ਸਕਦਾ ਕਿਸਾਨ ਜਾ ਕਿੱਥੇ ਸਕਦਾ ਕਿੱਥੇ ਜਾਊਗਾ ਕਿਸਾਨ ਸਰ ਮੈਂ ਤੁਹਾਨੂੰ ਦੱਸਦਾ ਇਹ ਵੱਡਾ ਇਹ ਜਿਹੜੇ ਟਾਣੇ ਤੇ ਬੈਠੇ ਆ ਨਾ ਅਸੀਂ 70-80% ਸਾਡੇ ਲੋਕ ਡਾਇਰੈਕਟਲੀ ਇਨਡਾਇਰੈਕਟਲੀ ਐਗਰੀਕਲਚਰ ਨਾਲ ਜੁੜੇ ਹੋਏ ਨੇ ਕਰੈਕਟ 100% ਨੇ ਐਗਰੀਕਲਚਰ ਸਾਡੀ ਇਕਨੋਮੀ ਬਿਲਕੁਲ ਸਰ ਇਹ ਆਬਜ਼ਰਵੇਸ਼ਨ ਮੈਨੂੰ 2-3 ਘੰਟੇ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ 6 ਨਵੰਬਰ 2019 ਦੀ ਜਜਮੈਂਟ ਚ ਵੀ ਆਰਡਰ ਚ ਵੀ ਕਹੀ ਹੈ 4 ਨਵੰਬਰ 2019 ਨੂੰ ਸੁਪਰੀਮ ਕੋਰਟ ਜਿਹੜੀ ਕਹਿੰਦੀ ਸੀ ਕਿਸਾਨਾਂ ਤੇ ਪਰਚੇ ਕਹੋ ਕਿਸਾਨ ਅੱਗ ਲਾਉਂਦੇ ਆ ਪਰਾਲੀ ਨੂੰ ਕਿਸਾਨਾਂ ਨੂੰ ਅੰਦਰ ਦਿਓ ਉਹੀ ਸੁਪਰੀਮ ਕੋਰਟ ਨੇ ਮੇਰੀਆਂ ਦਲੀਲਾਂ ਸੁਣਨ ਤੋਂ ਬਾਅਦ 6 ਨਵੰਬਰ ਨੂੰ ਇਹ ਅਬਜ਼ਰਵ ਕਰਤਾ ਸੀ ਵੀ ਕਿਸਾਨ ਐਗਰੀਕਲਚਰ ਇਸ ਦੀ ਬੈਕਬੋਨ ਆਫ ਦੀ ਇਕਨੋਮੀ ਆਫ ਅਵਰ ਕੰਟਰੀ ਸਾਡੇ ਪੂਰੇ ਅਸੀਂ ਮੈਂ ਇਹ ਦੱਸਦਾ ਸੀ ਤੁਸੀਂ ਜਿਹੜਾ ਸਵੇਰੇ 3 ਟਾਈਮ ਤੁਹਾਨੂੰ ਕਿਸਾਨ ਦੀ ਲੋੜ ਆ ਦਿਨ ਚ ਤੁਸੀਂ ਸਵੇਰੇ ਬ੍ਰੇਕਫਾਸਟ ਕਰਦੇ ਹੋ ਚਾਹੇ ਤੁਸੀਂ ਬ੍ਰੈਡ ਲੈਂਦੇ ਹੋ ਚਾਹੇ ਬਟਰ ਲੈਂਦੇ ਹੋ ਚਾਹੇ ਚਾਹ ਚ ਦੁੱਧ ਪਾਉਂਦੇ ਹੋ ਚਾਹੇ ਚਾਹ ਚ ਮਿੱਠਾ ਪਾਉਂਦੇ ਹੋ ਤੁਸੀਂ ਸ਼ੂਗਰ ਪਾਉਂਦੇ ਹੋ ਉਹ ਵੀ ਕਿਸਾਨ ਦੀ ਉਗਾਈ ਹੋਈ ਸ਼ੂਗਰ ਕੇਨ ਤੋਂ ਪ੍ਰੋਡਿਊਸ ਹੋ ਕੇ ਆਈ ਹੈ ਜੀ ਕਿਸਾਨ ਦੀ 3 ਟਾਈਮ ਜਾਂ 2 ਟਾਈਮ ਤੁਹਾਨੂੰ ਲੋੜ ਹੈ ਤੁਸੀਂ ਕਿਸਾਨ ਨੂੰ ਮਾਰ ਕੇ ਸੁਖੀ ਨਹੀਂ ਜੀ ਸਕਦੇ ਤੁਸੀਂ ਤੁਹਾਨੂੰ ਤਾਂ ਕਿਸਾਨ ਨੂੰ
ਜਿਵੇਂ ਤੁਸੀਂ ਡੀਏ ਦਿੰਦੇ ਹੋ ਨਾ, ਇੱਕ ਇੰਪਲਾਈ ਹੈ, ਕੋਈ ਗਵਰਨਮੈਂਟ ਇੰਪਲਾਈ ਹੈ, ਬੇਸਿਕ ਪੇ ਦਾ ਤੁਹਾਨੂੰ ਪਤਾ ਹੋਣਾ, ਡੀਏ ਟੀਏ ਉਹਨੂੰ ਪ੍ਰਮੋਸ਼ਨ, ਉਹਨੂੰ ਪੈਨਸ਼ਨ, ਕਿਸਾਨ ਨੂੰ ਕੀ ਦੇ ਰਹੇ ਹੋ ਤੁਸੀਂ? 50 ਰੁਪਏ ਦੇ ਰਹੇ ਹੋ? ਸੋ ਹੁਣ ਆਪਾਂ ਇਹਨੂੰ ਕਹਿ ਸਕਦੇ ਹਾਂ ਵਕੀਲ ਸਾਹਿਬ, 7th ਪੇ ਕਮਿਸ਼ਨ ਸਰ, ਲੈਟ ਮੀ ਕਲੈਰੀਫਾਈ, ਕਿਸਾਨ ਨੂੰ ਬਚਾਉਣ ਦੀ ਤੁਸੀਂ ਮੁੱਦਾ ਚੁੱਕਿਆ ਜੀ, ਕਿਸਾਨ ਨੂੰ ਮਾਰ ਕੇ ਅਸੀਂ ਮਰ ਜਾਂਗੇ, ਮੈਂ ਇਹ ਗੱਲ ਕਲੈਰੀਫਾਈ ਕਰਦਾ। ਹਰੀ ਕ੍ਰਾਂਤੀ ਲਿਆਉਣ ਵਾਲਾ ਕਿਸਾਨ ਹੈ, ਸਾਨੂੰ ਇੰਡੀਪੈਂਡੈਂਟ ਕਰਨ ਵਾਲਾ ਕਿਸਾਨ ਹੈ। ਹੁਣ ਲੋਕਡਾਊਨ ਹੋਇਆ, ਲੋਕਡਾਊਨ ਤੋਂ ਬਾਅਦ ਕਿਸਾਨ ਤੋਂ ਬਿਨਾਂ ਜੀਰੂ ਆ ਕੋਈ ਜੀ? ਕਿਸਾਨ ਜਿਹਦੀ ਜਿਹਦੀ ਜਗ੍ਹਾ ਖੇਤ ਚ ਹੈ, ਉਹ ਅੱਜ ਸੜਕ ਤੇ ਕਿਉਂ ਹੈ? ਕਿਉਂਕਿ ਉਹਦਾ ਗਲ ਘੁੱਟਿਆ ਜਾ ਰਿਹਾ। ਕਿਸਾਨ ਨੂੰ ਜੇ ਇਹ, ਮੈਂ ਕੱਲ ਸੁਣ ਰਿਹਾ ਸੀ, ਅਸੀਂ ਕਿਸਾਨ ਨੂੰ 1,000,000,000 ਰੁਪਇਆ ਇਸ ਸਕੀਮ ਚ ਦਿੱਤਾ, ਜੇ ਕਿਸਾਨ ਕੋਲ ਕੋਈ ਸਿੱਧੇ ਨੀਅਤ ਨਾਲ ਪੈਸਾ ਆਉਂਦਾ ਹੋਵੇ ਅਕਾਊਂਟ ਦੇ ਵਿੱਚ ਤਾਂ ਖੁਦ ਖੁਸ਼ੀਆਂ ਨਾ ਕਰੇ ਤੁਸੀਂ। ਹੈਲੋ ਵਕੀਲ ਸਾਹਿਬ, ਤੁਹਾਨੂੰ ਰੋਕਣਾ ਪਏਗਾ, ਇੱਕ ਮਿੰਟ ਇੱਥੇ ਕਾਲਰ ਵੀ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ? ਹਾਂਜੀ, ਮੈਂ ਡਾਕਟਰ ਬਾਜਵਾ ਸ਼ਿਕਾਗੋ ਤੋਂ ਬੋਲ ਰਿਹਾ ਜੀ। ਹਾਂਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਹਾਂ, ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ, ਇੱਕ ਤਾਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੈ ਪੰਜਾਬ ਦੀਆਂ ਜੀ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਜੀ, ਇਹ ਤਾਂ ਆਪਣੇ ਆਪਣੇ ਹਿਸਾਬ ਨਾਲ ਇਹਦਾ ਫਾਇਦਾ ਲੈਣਗੇ ਜੀ, ਕਿਉਂਕਿ ਇਹ ਇਕੱਠੇ ਤਾਂ ਹੋ ਗਏ ਸਾਰੇ, ਇੱਕ ਆਵਾਜ਼ ਦੇ ਨਹੀਂ ਸਕਦੇ ਜੀ, ਇਹਨਾਂ ਦੇ ਆਪਣੇ ਇੱਕ ਦੂਜਿਆਂ ਦੇ ਵਿੱਚ ਸਿੰਘ ਫਸੇ ਆ। ਜਿਹੜੀ ਬੀਜੇਪੀ ਹੈ ਉਹ ਡਾਇਰੈਕਟਰੀ ਸੈਂਟਰ ਦੇ ਨਾਲ ਹੈ, ਉਹਨਾਂ ਨੇ ਤਾਂ ਆਪਣਾ ਆਖਿਰਕਾਰ ਇਹਦੇ ਪਿੱਛੇ ਸੋਚ ਕੀ ਹੈ? ਪੰਜਾਬ ਤੋਂ ਜਿਹੜੀ ਕਿਸਾਨੀ ਇੱਕ ਉਹੀ ਬੱਚੀ ਸੀਗੀ, ਉਹ ਵੀ ਲੈ ਲਿੱਤੀ ਗਈ, ਕਿਸ ਸੋਚ ਦੇ ਤਹਿਤ ਇਹਦੇ ਉੱਤੇ ਹੱਥ ਪਾਇਆ ਗਿਆ, ਇਹਦੇ ਬਾਰੇ ਵੀ ਜਾਣਾਂਗੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਿੱਧਾ ਲੈ ਕੇ ਚੱਲਦੇ ਹਾਂ ਸਾਡੇ ਗੈਸਟ ਨਾਲ, ਸਾਡੇ ਨਾਲ ਸਰਬਜੀਤ ਸਿੰਘ ਵੀ ਜੁੜ ਚੁੱਕੇ ਨੇ। ਵਕੀਲ ਸਾਹਿਬ ਸਾਨੂੰ ਦੱਸ ਰਹੇ ਸੀਗੇ ਕਿ ਕੀ ਲੀਗਲ ਰਾਈਟਸ ਹਨ ਫਾਰਮਰ ਦੇ, ਪਰ ਉੱਥੇ ਸੋਚ ਕੀ ਹੈਗੀ ਇਹਦੇ ਪਿੱਛੇ? ਕੋਆਰਡੀਨੇਟਰ ਹਨ ਸਰਬਜੀਤ ਸਿੰਘ ਜੀ ਬਾਮਸਫ ਦੇ, ਉਹਨਾਂ ਨੇ ਸਾਨੂੰ ਜੁਆਇਨ ਕੀਤਾ ਹੈਗਾ, ਉਹਨਾਂ ਦਾ ਵੀ ਅਸੀਂ ਸਮਝ ਦੇ ਉੱਤੇ ਸਵਾਗਤ ਕਰਦੇ ਹਾਂ। ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਬਾਮਸਫ ਕੀ ਕੰਮ ਕਰਦੀ ਹੈ ਜੀ, ਔਰ ਤੁਹਾਨੂੰ ਕੀ ਲੱਗਦਾ ਜਿਹੜਾ ਆਰਡੀਨੈਂਸ ਬਿੱਲ ਪਾਸ ਹੋਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਮਸੇਵ ਜਿਹੜੀ ਆ ਭਾਰਤ ਦੇ ਵਿੱਚ ਤੇ ਇੰਟਰਨੈਸ਼ਨਲ ਤੌਰ ਦੇ ਉੱਤੇ ਜਿਹੜੀ RSS ਤੇ ਜਿਹੜੀ ਮਨੁਵਾਦੀ ਜਿਹੜੀ ਸੋਚ ਆ, ਜਿਹੜੇ ਭਾਰਤ ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਕੇ ਤੇ ਉੱਥੇ ਮਨੁ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ, ਉਹਨਾਂ ਦੀ ਜਿਹੜੀ ਆਈਡੀਓਲੋਜੀ ਆ ਉਹ ਲੋਕਾਂ ਨੂੰ ਅਸੀਂ ਦੱਸਦੇ ਹਾਂ। ਤੇ ਭਾਰਤ ਦੇ ਜਿਹੜੇ ਸਿੱਖ ਨੇ, ਮੁਸਲਮਾਨ ਨੇ, ਕ੍ਰਿਸਚਨ ਨੇ, ਬੁੱਧਿਸਟ ਨੇ, SC ST OBC ਜਿਹੜੇ ਕਿ ਟੋਟਲ ਭਾਰਤ ਦੇ ਵਿੱਚ 85% ਲੋਕ ਨੇ ਜਿਨ੍ਹਾਂ ਨੂੰ ਖਤਰਾ ਪੈਦਾ ਹੋ ਗਿਆ ਭਾਰਤ ਦੇ ਵਿੱਚ ਇਸ ਵੇਲੇ, ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਕਰਦੇ ਹਾਂ, ਕਿਉਂਕਿ ਸਿੱਖ ਪੰਜਾਬ ਦੇ ਵਿੱਚ ਆਪਣੀ ਲੜਾਈ ਲੜ ਰਹੇ ਨੇ, ਮੁਸਲਮਾਨ ਆਪਣੀ ਲੜਾਈ ਲੜ ਰਹੇ ਨੇ, ਬੁੱਧਿਸਟ ਆਪਣੀ ਲੜਾਈ ਲੜ ਰਹੇ ਨੇ, ਕ੍ਰਿਸਚਨ ਆਪਣੀ ਲੜਾਈ ਲੜ ਰਹੇ ਨੇ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਆਦਿਵਾਸੀ, ਨਾਗਾਲੈਂਡ, ਮਿਜ਼ੋਰਮ, ਉੱਧਰ ਤੁਸੀਂ ਦੇਖ ਰਹੇ ਜੀ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਖੋਹ ਰਹੇ ਨੇ। ਤੇ ਇਸੇ ਤਰ੍ਹਾਂ ਦੇ ਨਾਲ OBC ਹੈ, ਉਹਦੀ ਉਹਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ, ਇਹ ਸਾਰਾ ਮਾਲ ਜਿਹੜਾ ਵਾ ਬ੍ਰਾਹਮਣ ਤੇ ਬਾਣੀ ਇਕੱਠੇ ਹੋ ਕੇ ਖਾਣ ਰਹੇ ਨੇ ਭਾਰਤ ਦਾ ਜੀ। ਤੇ ਇਸ ਕਰਕੇ ਉਹਨਾਂ ਦੇ ਕੋਲ ਇਕੱਲੇ ਲੜਨ ਕਰਕੇ, ਕਿਉਂਕਿ ਸਿੱਖਾਂ ਦਾ ਹੁਣ ਆਂਧਰਾ ਪ੍ਰਦੇਸ਼ ਦੇ ਵਿੱਚ ਕੋਈ ਕੰਟੈਕਟ ਨਹੀਂ ਹੈਗਾ, ਆਂਧਰਾ ਪ੍ਰਦੇਸ਼ ਵਾਲਿਆਂ ਦਾ ਹਰਿਆਣੇ ਨਾਲ ਕੰਟੈਕਟ ਨਹੀਂ ਹੈਗਾ, ਕੇਰਲ ਵਾਲਿਆਂ ਦਾ ਮਹਾਰਾਸ਼ਟਰ ਨਾਲ ਕੰਟੈਕਟ ਨਹੀਂ। ਉਹ ਇਹ ਸਾਰੀ ਜਿਹੜੀ ਵਿਵਾਦ ਹੈ ਨਾ, ਜਿਹੜਾ ਉਹਨਾਂ ਸਾਡੇ ਲੋਕਾਂ ਕੋਲ ਪਲੇਟਫਾਰਮ ਨਹੀਂ ਸੀ, ਅਸੀਂ ਸਾਰਿਆਂ ਨੂੰ ਇੱਕ ਹਿੰਦੂ ਦੇ ਚੱਕਰ ਦੇ ਵਿੱਚ ਵੀ ਸਾਰੇ ਹਿੰਦੂ ਆ ਤੇ ਅਸੀਂ ਸਿੱਖ ਹਾਂ, ਇਸ ਜਿਹੜੀ ਜਿਹੜੀ ਵਿੱਚ ਭੁਲੇਖਾ ਪਾਇਆ ਆ ਵਾ RSS ਨੇ ਸਾਰਿਆਂ ਦੇ ਵਿੱਚ, ਉਹ ਸਾਡੇ ਕੋਲ ਕੋਈ ਸਟੇਜ ਨਹੀਂ ਸੀ ਹੈਗੀ। ਤੇ ਪਿਛਲੇ 10 ਸਾਲ ਤੋਂ ਫਿਰ ਜਦੋਂ ਮੈਂ ਬਾਮਸੇ ਅਮੈਂਡ ਕੀਤਾ ਤੇ ਜਿਹੜਾ ਸਾਰੇ ਭਾਰਤ ਦੇ ਵਿੱਚ ਅਸੀਂ ਫਿਰ ਜਿਹੜਾ ਦੇਖਿਆ ਵੀ ਇਹ ਸਾਰੇ ਲੋਕ ਜਿਹੜੇ ਅਸੀਂ ਭਾਰਤ ਦੇ 85% ਲੋਕ ਹਾਂ, ਸਾਡੀ ਤੇ ਆਪਸ 'ਚ ਲੜਾਈ ਕੋਈ ਨਹੀਂ, ਸਿੱਖਾਂ ਦੀ ਬੁੱਧਿਸਟ ਦੇ ਨਾਲ ਕੋਈ ਲੜਾਈ ਨਹੀਂ, ਮੁਸਲਮਾਨਾਂ ਦੀ ਸਿੱਖਾਂ ਦੇ ਨਾਲ ਕੋਈ ਲੜਾਈ ਨਹੀਂ, ਕ੍ਰਿਸਚਨਾਂ ਦੀ ਬੁੱਧਿਸਟ ਨਾਲ ਕੋਈ ਲੜਾਈ ਨਹੀਂ, ਸ਼ਡਿਊਲ ਕਾਸਟਾਂ ਦੀ ਮੁਸਲਮਾਨਾਂ ਨਾਲ ਕੋਈ ਲੜਾਈ ਨਹੀਂ, OBC ਦੀ ਸਿੱਖਾਂ ਨਾਲ ਕੋਈ ਲੜਾਈ ਨਹੀਂ। ਜਿਹੜੇ ਅਸੀਂ ਟੋਟਲ ਭਾਰਤ ਦੇ 85% ਲੋਕ ਹਾਂ, ਅਸੀਂ ਸੋਚਿਆ ਸਾਡੀ ਤੇ ਆਪਸ ਦੇ ਵਿੱਚ ਲੜਾਈ ਕੋਈ ਨਹੀਂ, ਫਿਰ ਸਾਨੂੰ ਲੜਾਉਂਦਾ ਕੌਣ ਪਿਆ ਵਾ? ਮੈਂ ਤੁਹਾਡੇ ਸਾਹਮਣੇ ਹੁਣ ਕਿਸਾਨੀ ਮੁੱਦੇ ਤੇ ਆਉਂਦੇ ਹਾਂ, ਹੁਣ ਨਹਿਰ ਦਾ ਮੁੱਦਾ ਵੀ ਆ, ਇਸ ਤੋਂ ਬਾਅਦ ਨਹਿਰ ਦਾ ਮੁੱਦਾ ਤਿਆਰ ਆ, ਉਹਦੇ ਲਈ ਇਹਨਾਂ ਨੇ ਰਾਸ਼ਟਰਪਤੀ ਰਾਜ ਵੀ ਲਾ ਦੇਣਾ, ਇਹ ਜੇ ਮੂਵਮੈਂਟ ਨਾ ਸਾਂਭੀ ਗਈ ਫਿਰ ਨਾਲ ਉਹਨਾਂ ਨੇ ਪੰਜਾਬ ਦੇ ਕਿਸਾਨ ਵੀ ਠੀਕ ਕਰਨੇ ਆ, ਨਾਲ ਨਹਿਰ ਵੀ ਕੱਢ ਕੇ ਲੈ ਕੇ ਜਾਣੀ ਆ। ਤੇ ਇਹ ਵਾ ਨਹਿਰ ਦਾ ਮੁੱਦਾ ਵਾ, ਨਹਿਰ ਦਾ ਮੁੱਦਾ ਦੇਖੋ ਵੀ ਹਰਿਆਣਾ ਜਿਹੜਾ ਵਾ ਉਹਦੀ ਨਹਿਰ ਦਾ ਪਾਣੀ ਦਿੱਲੀ ਨੂੰ ਫ੍ਰੀ ਦਿੱਤਾ ਜਾਂਦਾ ਵਾ, ਉੱਥੋਂ ਇੱਕ ਨਹਿਰ ਨਿਕਲਦੀ ਆ, ਜਿਹਦੇ ਵਿੱਚ 2016 ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜਾ ਮੂਵਮੈਂਟ ਚੱਲੀ ਸੀ ਰਿਜ਼ਰਵੇਸ਼ਨ ਦੀ, ਉਹਨਾਂ ਨੇ ਉਹ ਦਿੱਲੀ ਜਾਂਦੀ ਨਹਿਰ ਨੂੰ ਵੱਢਿਆ ਸੀ, ਉੱਥੇ ਫਿਰ ਆਰਮੀ ਆਈ ਸੀ,
हरियाणे के जिहड़े जाट ने उन्होंने कभी भी यह नहर की मांग ही नहीं की। यमुना लिंक नहर जिन्हों कहते हैं इतने एक पासे चटाला आके इलेक्शन के लागे नारे मारदा दूजे पासे बादल दोवें एक दूजे के विआह के उत्ते जाते हैं लड़ाना चाहते हैं पंजाब ते हरियाणे नूं। हुण हरियाणे दे विच जिहड़ी है 2016 की मोड़ चली है ते जे इमानदार लीडरशिप कही जिहड़े उधर के जाटा की या किसानां की जिहड़ी लीडरशिप आ वह पौने चार साल उधर का एक नौजवान है वकील आ किते वजों मनोज दूहन उन्होंने पौने चार साल ला के आया वो पंजाब नूं कहिंदा वी पंजाब उहदा बयान है तुसीं देखो उहदी फेसबुक आईडी दे उत्ते मनोज दूहन दी वी पंजाब साडा वड्डा भरा वा ते जिहड़ा ए SYL दा जिहड़ा मुद्दा वा ਇਹਦੇ ਮੁੱਦਾ ਹੀ ਨਹੀਂ ਅਸੀਂ ਪੰਜਾਬ ਨੂੰ ਤੁਸੀਂ ਕਹਿ ਰਹੇ ਹੋ ਸਰਬਜੀਤ ਸਿੰਘ ਜੀ ਕਿ ਕਿਸਾਨੀ ਦਾ ਗਈ ਹੁਣ ਪਾਣੀ ਵੀ ਜਾਊਗਾ ਇਨ ਫਿਊਚਰ ਮੈਂ ਵਕੀਲ ਸਾਹਿਬ ਦੇ ਕੋਲ ਆਉਣਾ ਚਾਹੁੰਦਾ ਵਕੀਲ ਸਾਹਿਬ ਕਿਸਾਨੀ ਤਾਂ ਗਈ ਹੁਣ ਪਾਣੀ ਵੀ ਜਾਊਗਾ ਸੋ ਮੈਂ ਜਾਵਾਂਗਾ ਕਿ ਸਾਡੇ ਕੋਲ ਸਮਾਂ ਨਹੀਂ ਹੈਗਾ ਬਟ ਯੂ ਕੈਨ ਤੁਸੀਂ ਇਸ ਪ੍ਰੋਗਰਾਮ ਨੂੰ ਰੈਪ ਅਪ ਜ਼ਰੂਰ ਕਰਿਓ ਜੀ ਕਨਕਲੂਡ ਸਰ ਜੀ 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 ਸੋ ਆਈ ਐਮ ਕਮਿੰਗ ਟੂ ਦੀ ਨੈਕਸਟ ਪੁਆਇੰਟ ਵੇਅਰ ਦੀ ਪਾਵਰਸ ਆਫ ਦੀ ਕੋਰਟਸ ਹੈਜ਼ ਬੀਨ ਟੇਕਨ ਅਵੇ ਬਾਈ all these three acts ji. the two are the pertaining to where the dealing main punjabi ch gal karne ji e farmers naal hai ji ch inna nu keha gaya ke agar koi dispute arise hunda hai ta oh sdm ja dc kol approach kar sakde hai court kol koi power nahi hogi ji main ek hint danna edda hi ek amendment te act sada punjab government ne kita si east rent restriction act de ch ਜਿਹ ਚ ਕੋਰਟ ਕੋਲ ਤੇ ਰੈਂਟ ਕੰਟਰੋਲਰ ਕੋਲ ਪਾਵਰ ਹੁੰਦੀ ਹੈ ਵੀ ਕੋਰਟ ਇੱਕ ਕੋਲ ਜਾਵੇ ਬੰਦਾ ਜੇ ਕਿਸੇ ਨੂੰ ਕਿਰਾਏ ਤੋਂ ਬਾਹਰ ਕੱਢਣਾ ਇਹਨਾਂ ਨੇ SDM ਨੂੰ ਪਾਵਰ ਦਿੱਤੀ ਸੀ ਵੀ ਕੋਰਟ ਦੀ ਪਾਵਰ ਲੈ ਲਈ ਸੀ ਉਹ ਹਾਈ ਕੋਰਟ ਨੇ ਆਰਟੀਕਲ 226 ਵਿੱਚ ਇਹ ਤੋੜਤਾ ਸੀਗਾ ਇਹ ਵੀ ਇੱਕ ਪੁਆਇੰਟ ਆ ਪੁਆਇੰਟ ਬਹੁਤ ਨੇ ਕਨਸਟੀਟਿਊਸ਼ਨਲ ਅਲਟਰਾ ਵਾਇਰਸ ਜਿਹੜੇ ਇਹ ਐਕਟ ਬਣੇ ਹੋਏ ਨੇ ਹੁਣ ਇਹਦੇ ਚ ਮੈਂ ਇੱਕ ਹੋਰ ਤੁਹਾਡੇ ਚੈਨਲ ਦੇ ਜ਼ਰੀਏ ਕਲੀਅਰ ਕਰ ਦੇਣਾ ਚਾਹੁੰਦਾ ਇਹ ਚ ਇਕੱਲਾ ਕਿਸਾਨ ਅਫੈਕਟਡ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ 70-80% ਲੋਕ ਜਿਹੜੇ ਨੇ ਡਾਇਰੈਕਟਲੀ ਇਨਡਾਇਰੈਕਟਲੀ ਐਗਰੀਕਲਚਰ ਤੇ ਡਿਪੈਂਡੈਂਟ ਨੇ ਔਰ 100% ਜਿਹੜੇ ਲੋਕ ਨੇ ਜਿਹੜਾ ਅਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ ਐਕਟ ਹੁਣ ਆਇਆ ਨਾ ਇਹਦੇ ਚ ਜਿਹੜੀ ਉਹਨਾਂ ਨੇ ਕਹਿਤਾ ਜਿੰਨਾ ਮਰਜ਼ੀ ਕੋਈ ਪ੍ਰਾਈਵੇਟ ਜਿਹੜਾ ਪਲੇਅਰ ਹੈ ਉਹ ਪਰਚੇਜ਼ ਕਰ ਲੇ ਅੱਜ ਜਦੋਂ ਪ੍ਰੋਡਿਊਸ ਹੁੰਦਾ ਤੁਹਾਨੂੰ ਪਤਾ ਆਲੂਆਂ ਦਾ ਕੀ ਹਾਲ ਹੁੰਦਾ ਜਿੱਦਣ ਆਲੂਆਂ ਦਾ ਸੀਜ਼ਨ ਹੁੰਦਾ 2 ਰੁਪਏ 2.5 ਰੁਪਏ ਨਹੀਂ ਪੁੱਛਦਾ ਅੱਜ ਮੈਂ ਇੱਥੇ ਮੋਹਾਲੀ ਚ ਬੈਠਾ ਹੋਇਆ ਮਤਲਬ 50 ਰੁਪਏ ਆਲੂ ਕਿਲੋ ਲੈ ਰਿਹਾ ਜਿਹੜਾ ਬੰਦਾ ਪੂਰਾ ਦਿਨ ਰਾਤ ਮਰ ਕੇ ਉਹ ਆਲੂ ਨੂੰ ਪ੍ਰੋਡਿਊਸ ਕਰ ਰਿਹਾ ਜਿੱਦਣ ਉਹਨੇ ਵੇਚਣਾ ਉਦਣ ਵੇਚੂਗਾ ਉਹ 1 ਰੁਪਿਆ 2 ਰੁਪਏ ਜਿਹਨੇ ਪ੍ਰਾਈਵੇਟ ਪਲੇਅਰ ਨੇ ਅੰਦਾਨੀ ਅੰਬਾਨੀਆਂ ਨੇ ਪਹਿਲਾਂ ਹੀ ਐਡੇ ਇਨਵੈਸਟਮੈਂਟਾਂ ਕਰਕੇ ਸਟੋਰੇਜ ਕਰਕੇ ਰੱਖਣਾ ਹੈ ਨਾ ਮੈਂ ਤੁਹਾਨੂੰ ਦੱਸਦਾ ਸਰ ਜਿਹੜਾ ਇਹ ਕਣਕ ਜਾਂ ਝੋਨਾ ਜਿਹੜਾ ਅੱਜ ਤੁਹਾਨੂੰ ਆਟਾ ਸ਼ਹਿਰ ਵਾਲਿਆਂ ਨੂੰ ਸਾਨੂੰ ਮਤਲਬ ਸ਼ਹਿਰੀ ਬਣ ਚੁੱਕੇ ਹਾਂ ਹੁਣ ਤਾਂ ਅਸੀਂ ਵੀ ਕਿਉਂਕਿ ਰਹਿਣਾ ਹੀ ਇੱਥੇ ਹੈ ਜਾਂ ਜਿੰਨੇ ਵੀ ਲੋਕ ਨੇ ਇਹਨਾਂ ਨੂੰ 30 ਰੁਪਏ ਜਾਂ 25 ਰੁਪਏ 30 ਰੁਪਏ ਤੋਂ ਘੱਟ ਤਾਂ ਨਹੀਂ ਮਿਲਦਾ ਇਹ 50 ਰੁਪਏ ਕਰਨਗੇ ਇਹ ਇਹਨਾਂ ਨੂੰ ਦੇਖੀ ਹਾਲਾਤ ਜਿਹੜੇ ਜੇ ਇਹੀ ਹਾਲਾਤ ਰਹੇ ਕਿਸੇ ਨੇ ਹੱਥ ਨਾ ਪਾਇਆ ਕਿਸਾਨਾਂ ਦਾ ਤਾਂ ਗਲਾ ਪਹਿਲਾਂ ਵੀ ਘੁੱਟਿਆ ਹੋਇਆ ਹੁਣ ਵੀ ਘੁੱਟਿਆ ਜਾ ਰਿਹਾ ਕਿਸਾਨਾਂ ਨੂੰ ਕੋਈ ਜੋ ਮਿਲਣਾ ਚਾਹੀਦਾ ਨਹੀਂ ਮਿਲਿਆ ਜਿਹੜੀ ਹੈ ਆਲਰੇਡੀ ਜਿਹੜੀ ਹੈਗੀ ਟੁੱਟ ਚੁੱਕੀ ਹੈ ਹੁਣ ਉਹ ਬ੍ਰੇਕ ਹੋ ਚੁੱਕੀ ਹੈ ਉਹਨੂੰ ਜੋੜਿਆ ਨਹੀਂ ਜਾ ਸਕਦਾ ਨਾ ਉਹਦੇ ਉੱਤੇ ਕੋਈ ਮੁਰੰਮਤ ਕੀਤੀ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਚਰਨਪਾਲ ਸਿੰਘ ਜੀ ਬਾਗੜੀ ਜੀ ਮੈਂ ਦਰਸ਼ਕਾਂ ਨੂੰ ਇਹ ਅਪੀਲ ਕਰਾਂਗਾ ਕੋਈ ਵੀ ਆਰਗੇਨਾਈਜੇਸ਼ਨ ਇਸ ਪ੍ਰੋਗਰਾਮ ਨੂੰ ਨੌਰਥ ਅਮਰੀਕਾ ਦੇ ਵਿੱਚ ਵੇਖ ਰਹੀ ਹੈ ਤੁਸੀਂ ਅਗਰ ਰਾਬਤਾ ਕਰਨਾ ਚਾਹੁੰਦੇ ਹੋ ਤਾਂ TV ਸਕਰੀਨ ਦੇ ਉੱਤੇ ਅਸੀਂ ਬਾਗੜੀ ਸਾਹਿਬ ਹੋਰਾਂ ਦਾ ਨੰਬਰ ਵੀ ਵਕੀਲ ਸਾਹਿਬ ਹੋਰਾਂ ਦਾ ਨੰਬਰ ਵੀ ਫਲੈਸ਼ ਕੀਤਾ ਹੋਇਆ ਤੁਸੀਂ ਡਾਇਰੈਕਟ ਉਹਨਾਂ ਨੂੰ ਕਾਲ ਕਰ ਸਕਦੇ ਹੋ ਪ੍ਰੋਪਰਟੀ ਡਿਸਪਿਊਟ ਦਾ ਕੋਈ ਵੀ ਮੈਟਰ ਹੈਗਾ ਤੁਹਾਡਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਤੁਸੀਂ ਤਾਂ ਵੀ ਉਹਨਾਂ ਨੂੰ ਕਾਲ ਕਰ ਸਕਦੇ ਹੋ ਕੋਈ ਵੀ ਕ੍ਰਿਮੀਨਲ ਮੈਟਰ ਹੈਗਾ ਸਰ ਰਿਕੁਐਸਟ ਕਰਾਂਗਾ ਲੈਟ ਇਟ ਬੀ ਕਲੈਰੀਫਾਈ ਦੇਖੋ ਮੈਂ ਨਹੀਂ ਚਾਹੁੰਦਾ ਕਿ ਹੈ ਨਾ ਤੁਸੀਂ ਇਦਾਂ ਹਾਂ ਕਿਸੇ ਨੂੰ ਕੋਈ ਜ਼ਰੂਰਤ ਹੈ ਉਹ ਕਰ ਸਕਦਾ ਕਈ ਵਾਰ ਇਦਾਂ ਲੱਗਦਾ ਵੀ ਪਤਾ ਨਹੀਂ ਪਬਲਿਸਿਟੀ ਦੇ ਕਾਰਨ ਇਦਾਂ ਕੀਤਾ ਜਾ ਰਿਹਾ ਤੁਸੀਂ ਤਾਂ ਇੱਕ ਗੁੱਡ ਫੇਥ ਚ ਕਰ ਰਹੇ ਹੋ ਆਈ ਐਮ ਐਪਰੀਸ਼ੀਏਟਿੰਗ ਐਂਡ ਗੋਇੰਗ ਕੋਈ ਵੀ ਕਿਸੇ ਨੂੰ ਮਦਦ ਦੀ ਲੋੜ ਹੈਗੀ ਡੈਫੀਨਿਟਲੀ ਆਈ ਐਮ ਸੇਇੰਗ ਇਫ ਐਨੀਬਾਡੀ ਹੈਜ਼ ਦੀ ਜੈਨੂਇਨ ਕੰਸਰਨ ਐਵਰੀਬਾਡੀ ਸਪੈਸ਼ਲੀ ਸਾਡੇ NRI ਤਾਂ ਕਰਕੇ ਤਾਂ ਸਾਡਾ ਪੰਜਾਬ ਜਿੰਦਾ ਪਿਆ ਇਹ ਲੋਕਾਂ ਤੇ ਸਾਨੂੰ ਮਾਣ ਹੈ ਤੇ ਫਖਰ ਵੀ ਹੈ ਅਸੀਂ ਤਾਂ ਪੰਜਾਬੀ ਹੋਣ ਦਾ ਸਾਡੀ ਆਇਡੈਂਟੀਟੀ ਚ ਬਚੀ ਹੈ ਮੈਂ ਤੁਹਾਨੂੰ ਇਹ ਵੀ ਕਲੀਅਰ ਕਰਦਾ ਆਈ ਸਲੂਟ ਆਲ ਆਫ ਯੂ ਜਿਹੜੇ ਤੁਸੀਂ ਦਿਨ ਰਾਤ ਇੱਥੇ ਮਿਹਨਤ ਕਰਕੇ ਤੁਸੀਂ ਐਸੀ ਇਮੇਜ ਕ੍ਰੀਏਟ ਕਰਤੀ ਪੰਜਾਬੀਅਤ ਦੀ ਸਿੱਖੀ ਦੀ ਇੰਟਰਨੈਸ਼ਨਲ ਲੈਵਲ ਤੇ ਜਿਹਨੂੰ ਕਿ ਸਾਡੀ ਭਾਰਤ ਸਰਕਾਰ ਚਾਹੇ ਕੋਈ RSS ਦੀ ਵਿਚਾਰਧਾਰਾ ਵਾਲੀ ਹੈ ਇਹ ਇਹਨੂੰ ਹੁਣ ਛੁਪਾ ਨਹੀਂ ਸਕਦਾ ਕੋਈ ਖਤਮ ਨਹੀਂ ਕਰ ਸਕਦਾ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਜਿਹੜੇ ਤੁਸੀਂ ਇੱਥੇ ਦਿਨ ਰਾਤ ਮਿਹਨਤਾਂ ਕਰਕੇ ਤੁਸੀਂ ਆਪਣੀ ਸ਼ੋ ਕਰਕੇ ਇੱਥੇ ਤੁਸੀਂ ਬਚਾਇਆ ਨਾ ਸਿੱਖੀ ਨੂੰ ਔਰ ਸਾਡੀ ਗੁਰਸਿੱਖੀ ਨੂੰ ਮੈਂ ਤੁਹਾਨੂੰ ਆਪਣੇ ਵੱਲੋਂ ਪੂਰਾ ਮੈਂ ਤਾਂ ਬਹੁਤ ਮੈਨੂੰ ਤਾਂ ਬਹੁਤ ਮਾਣ ਹੈ ਤੁਹਾਡੇ ਸਾਰੇ ਲੋਕਾਂ ਦਾ ਮਿਹਰਬਾਨੀ ਪਰਮਾਤਮਾ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਚ ਰੱਖੇ ਸਾਡਾ ਟਾਈ ਅਪ ਜੁੜਿਆ
ਜਦੋਂ ਇੰਟਰਨੈਸ਼ਨਲ ਲੈਵਲ ਤੇ ਕੋਈ ਆਵਾਜ਼ ਬਣਦੀ ਹੈ ਤਾਂ ਸਰਕਾਰਾਂ ਨੂੰ ਭੱਜੜ ਪੈਂਦੀ ਹੈ। ਬਿਲਕੁਲ, ਆਈ ਐਮ ਰੀਅਲੀ ਥੈਂਕਫੁਲ ਆਲ ਆਫ ਯੂ। ਥੈਂਕ ਯੂ ਸਰਬਜੀਤ ਸਿੰਘ ਜੀ, ਮੈਂ ਤੁਹਾਨੂੰ ਜ਼ਰੂਰ ਅੱਗੇ ਹੋਰ ਵੀ ਜਿਹੜੇ ਮੁੱਦੇ ਨੇ ਲਿਆਵਾਂਗਾ ਜਦ ਮੈਂ ਪੋਲੀਟੀਕਲ ਪੱਖ ਰੱਖਾਂਗਾ। ਮੈਂ ਜ਼ਰੂਰ ਚਾਹੁੰਦਾ ਤੁਸੀਂ ਬਾਂਬ ਸਾਹਿਬ ਬਾਰੇ ਹੋਰ ਕੀ ਰਣਨੀਤੀ ਤੁਹਾਡੀ ਔਰਗਨਾਈਜੇਸ਼ਨ ਨੇ ਤੈਅ ਕੀਤੀ ਹੈ ਤਾਂ ਕਿ ਇਸ ਜਿਹੜੀ ਇੱਕ ਪਾਸੇ ਦੀ ਸੋਚ ਹੈਗੀ ਹੈ, ਹਿੰਦੁੱਤਵ ਸੋਚ ਹੈਗੀ ਹੈ, ਉਹਦੇ ਨਾਲ ਕਿਸ ਤਰੀਕੇ ਨਾਲ ਨਜਿੱਠਿਆ ਜਾ ਸਕਦਾ, ਉਹ ਵੀ ਅਸੀਂ ਜ਼ਰੂਰ ਜਾਣਾਂਗੇ। ਔਰ ਘੱਟ ਗਿਣਤੀਆਂ ਕਿਉਂ ਨਹੀਂ ਮਹਿਫੂਜ਼, ਉਹ ਵੀ ਜਾਣਾਂਗੇ। ਮੇਰੇ ਕੋਲ ਅੱਜ ਚਰਨਜੀਤ ਜੀ, ਮਾਫ਼ੀ ਚਾਹਾਂਗਾ, ਅੱਜ ਮੇਰੇ ਕੋਲ ਸਮਾਂ ਨਹੀਂ ਹੈਗਾ, ਪਰ ਨੈਕਸਟ ਟਾਈਮ ਮੈਂ ਤੁਹਾਨੂੰ ਜ਼ਰੂਰ ਵਾਅਦਾ ਕਰਦਾ, ਅਸੀਂ ਜ਼ਰੂਰ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ। ਔਰ RSS ਦਾ ਵੀ ਅਸੀਂ ਜਿਹੜਾ ਹੈਗਾ ਬੁਲਾਰਾ ਲਿਆਵਾਂਗੇ, ਉਹਦੇ ਨਾਲ ਤੁਹਾਡੇ ਜ਼ਰੂਰ ਇਸ ਮੰਚ ਦੇ ਉੱਤੇ ਡਿਬੇਟ ਵੀ ਕਰਾਵਾਂਗੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਵੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।